ਮੈਂ ਹਾਂ ਹਰਕੀਰਤ ਸਿੰਘ ਆਲੂਵਾਲੀਆ ਲੈ ਕੇ ਹਾਜ਼ਰ ਹਾਂ ਅੱਜ ਦਾ ਮੁੱਦਾ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਦੇ ਨਾਲ ਸਤਿ ਸ਼੍ਰੀ ਅਕਾਲ। ਇਸ ਮੰਚ ਦੇ ਉੱਤੇ ਰੋਜ਼ਾਨਾ ਉਹਨਾਂ ਭਗਦੇ ਮਸਲਿਆਂ ਦੀ ਗੱਲ ਹੁੰਦੀ ਹੈ, ਉਹਨਾਂ ਇਸ਼ੂਜ਼ ਦੀ ਗੱਲ ਹੁੰਦੀ ਹੈ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਡਾਇਲੋਗ ਬਣੇ ਹੋਏ ਹਨ। ਔਰ ਜਦ ਸੰਵਾਦ ਬਣਦੇ ਹਨ ਤਾਂ ਫਿਰ ਕੋਸ਼ਿਸ਼ ਹੁੰਦੀ ਹੈ ਇਸ ਮੰਚ ਦੇ ਉੱਤੇ ਉਹਨਾਂ ਮਸਲਿਆਂ ਨੂੰ ਅਸੀਂ ਰੱਖੀਏ ਤੁਹਾਡੇ ਸਾਹਮਣੇ ਔਰ ਤੁਸੀਂ ਆਪਣੇ ਪ੍ਰਤੀਕਰਮ ਤਰਕ ਸਾਨੂੰ ਦਵੋ ਅਤੇ ਤੁਸੀਂ ਰੋਜ਼ਾਨਾ ਦਿੰਦੇ ਵੀ ਹੋ। ਅੱਜ ਇੱਕ ਅਜਿਹਾ ਇਸ਼ੂ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਜਿਹਦੇ ਉੱਤੇ ਵਿਚਾਰ ਕਰਨਾ ਲਾਜ਼ਮੀ ਬਣ ਜਾਂਦਾ। ਮੈਨੂੰ ਪਤਾ ਹੈ ਕਿ ਲੰਬੇ ਸਮੇਂ ਤੋਂ ਜਦ ਮੈਂ ਭਾਰਤ ਦੀ ਮੀਡੀਆ ਦੀ ਗੱਲ ਕਰਦਾ ਤਾਂ ਇੰਡੀਆ ਦੇ ਵਿੱਚ ਵੱਖ ਵੱਖ ਟੀ ਵੀ ਸਟੇਸ਼ਨਾਂ ਦੇ ਉੱਤੇ ਵੱਖ ਵੱਖ ਨਿਊਜ਼ ਚੈਨਲਾਂ ਦੇ ਉੱਤੇ ਅਗਰ ਇੱਕ ਡਿਬੇਟ ਸਭ ਤੋਂ ਜ਼ਿਆਦਾ ਹੋਂਦ ਦੇ ਵਿੱਚ ਆਈ ਹੈ ਔਰ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਵਿਚਾਰ ਹੋ ਰਿਹਾ ਉਹ ਹੈ ਹਿੰਦੂ ਮੁਸਲਮਾਨ ਦੇ ਉੱਤੇ, ਮੌਬ ਲਿੰਚਿੰਗ ਦੇ ਉੱਤੇ। ਲੇਕਿਨ ਅੱਜ ਇਸ ਮੰਚ ਦੇ ਉੱਤੇ ਉਸ ਨੂੰ ਰੱਖਣਾ, ਉਹਦੇ ਤਰਕਾਂ ਨੂੰ ਰੱਖਣਾ ਲਾਜ਼ਮੀ ਬਣ ਗਿਆ ਕਿਉਂਕਿ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਈ ਹੈ, ਇੰਡੀਆ ਦੇ ਵਿੱਚ ਵੀ ਵਾਇਰਲ ਹੋਈ ਹੈ, ਜੋ ਕਿ ਦਸਤਕ ਦੇ ਰਹੀ ਹੈ ਕਿ ਆਖਿਰਕਾਰ ਕਿਉਂ ਸ਼ਰੇਆਮ ਹਿੰਸਾ ਨੂੰ ਵਧਾਵਾ ਦੇਣ ਦੇ ਲਈ, ਲੋਕਾਂ ਨੂੰ ਭੜਕਾਉਣ ਦੇ ਲਈ ਔਰ ਆਪਸ ਦੇ ਵਿੱਚ ਲੜਾਈ ਕਰਵਾਉਣ ਦੇ ਲਈ ਅੱਜ ਭਾਰਤ ਦੇ ਵਿੱਚ ਹਿੰਦੂ ਸੰਗਠਨ, ਭਾਰਤ ਦੇ ਵਿੱਚ ਮੁਸਲਮਾਨ ਸੰਗਠਨ ਔਰ ਭਾਰਤ ਦੇ ਵਿੱਚ ਸਿੱਖ ਸੰਗਠਨ ਕਿੱਥੇ ਖੜ੍ਹੇ ਹਨ। ਭਾਰਤ ਉਹ ਮੁਲਕ ਜੋ ਕਿ ਵਰਲਡ ਦੇ ਵਿੱਚ ਹਰ ਕਿਸੇ ਨੂੰ ਇੱਕ ਸੁਨੇਹਾ ਦਿੰਦਾ ਸੀਗਾ, ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਮੇਂ ਹੈ ਭਾਈ ਭਾਈ। ਲੇਕਿਨ ਅੱਜ ਕੀ ਇੰਡੀਆ ਦਾ ਮਾਹੌਲ ਬਣਿਆ ਹੋਇਆ ਔਰ ਕਿਵੇਂ ਸਰੇਆਮ ਇੰਡੀਆ ਦੇ ਵਿੱਚ ਵੱਖ ਵੱਖ ਸੰਗਠਨ ਜਿਹੜੇ ਨੇ ਉਹ ਹਿੰਸਾ ਨੂੰ ਭੜਕਾਉਣ ਦੇ ਲਈ ਮੀਟਿੰਗ ਰੱਖਦੇ ਹਨ। ਮੌਬ ਲਿੰਚਿੰਗ ਦੀ ਅਸੀਂ ਗੱਲ ਕਰਦੇ ਹਾਂ ਅਤੇ ਹਿੰਦੂ ਮੁਸਲਮਾਨ ਆਪਸ ਦੇ ਵਿੱਚ ਕਿਉਂ ਤਕਰਾਰ ਕਰ ਰਹੇ ਹਨ। ਮੀਡੀਆ ਦੀ ਗੱਲ ਸੁਣੀਏ ਤਾਂ ਮੀਡੀਆ ਕਹਿੰਦਾ ਕਿ 2014 ਤੋਂ ਬਾਅਦ ਹਿੰਦੂ ਰਾਸ਼ਟਰ ਏਜੰਡਾ ਜਿਹੜਾ RSS ਦਾ ਉਹ ਪੂਰੀ ਤਰੀਕੇ ਨਾਲ ਇੰਡੀਆ ਦੇ ਵਿੱਚ ਆ ਚੁੱਕਿਆ ਹੈ ਔਰ ਉਹਦਾ ਜਿਹੜੀ ਤਿਆਰੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਕਈ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਵੀ ਖਬਰ ਸਾਨੂੰ ਸੁਣਨ ਨੂੰ ਸਾਹਮਣੇ ਮਿਲੀ ਕਿ ਕਈ ਸਾਰੇ ਹਿੰਦੂ ਸੰਗਠਨ ਜਿਹੜੇ ਨੇ ਉਹ ਮੈਨੋਰਿਟੀਜ਼ ਨੂੰ ਦਬਾਉਣ ਦੇ ਲਈ, ਮੈਨੋਰਿਟੀਜ਼ ਨਾਲ ਸਿੱਧਾ ਪੰਗਾ ਲੈਣ ਦੇ ਲਈ ਮੀਟਿੰਗਸ ਵੀ ਕਰ ਰਹੇ ਹਨ। ਯੂਪੀ ਦੇ ਵਿੱਚ ਅਸੀਂ ਵੇਖਿਆ ਯੂਪੀ ਦੇ ਚੀਫ ਮਿਨਿਸਟਰ ਆਦਿੱਤਿਆਨਾਥ ਯੋਗੀ ਕਦੀ ਵੀ ਸਾਹਮਣੇ ਨਹੀਂ ਆਏ ਕਿ ਹਾਂ ਮੈਂ ਮੌਬ ਲਿੰਚਿੰਗ ਦੇ ਖਿਲਾਫ ਹਾਂ। RSS ਜੀ ਦਾ ਅਸੀਂ ਗੱਲ ਛੱਡ ਹੀ ਦਈਏ। ਅੱਜ ਕਿਉਂ ਮਿਨੋਰਿਟੀਜ਼ ਨੂੰ ਸੁਪਰੀਮ ਕੋਰਟ ਤੱਕ ਨੂੰ ਕਹਿਣਾ ਪੈ ਰਿਹਾ ਕਿ ਤੁਸੀਂ ਆਪਣੀ ਹਿਫਾਜ਼ਤ ਦੇ ਲਈ ਹਥਿਆਰ ਦਾ ਲਾਇਸੈਂਸ ਬਣਵਾ ਲਵੋ? ਅਸੀਂ ਹਮੇਸ਼ਾ ਲੀਡਰਾਂ ਨੂੰ ਸਵਾਲ ਪੁੱਛਦੇ ਸੀਗੇ ਲੇਕਿਨ ਅੱਜ ਇਹ ਤਸਵੀਰ ਸਾਫ਼ ਹੋ ਚੁੱਕੀ ਹੈ ਇੰਡੀਆ ਦੇ ਵਿੱਚ ਕਿ ਆਖਿਰਕਾਰ ਮਿਨੋਰਿਟੀਜ਼ ਜਿਹੜੀਆਂ ਹਨ ਉਹ ਸੇਫ ਨਹੀਂ ਹਨ। ਜਿਹੜੀ ਵੀਡੀਓ ਤੁਸੀਂ SMTV ਸਕਰੀਨ ਦੇ ਉੱਤੇ ਵੇਖ ਰਹੇ ਹੋ ਇਹ ਦਿੱਲੀ ਦੇ ਜਾਣੇ ਮਾਣੇ ਇਲਾਕੇ ਤਿਲਕ ਨਗਰ ਦੇ ਵਿੱਚ ਇੱਕ ਹਿੰਦੂ ਸੰਗਠਨ ਵੱਲੋਂ ਮੀਟਿੰਗ ਰੱਖੀ ਗਈ ਸੀਗੀ। ਇਸ ਮੀਟਿੰਗ ਦੇ ਵਿੱਚ ਬਕਾਇਦਾ ਜੋ ਕਿ ਇਸ ਦੀ ਮੇਜ਼ਬਾਨੀ ਕਰ ਰਿਹਾ ਸੀਗਾ ਉਹਨੇ ਕਿਹਾ ਕਿ 2015 ਦੇ ਵਿੱਚ, ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਉਹ ਇੰਸੀਡੈਂਟ ਦੱਸ ਦੇਵਾਂ, 2015 ਦੇ ਵਿੱਚ ਦਿੱਲੀ ਦੇ ਵਿੱਚ ਤ੍ਰਿਲੋਕਪੁਰੀ ਇਲਾਕੇ ਦੇ ਵਿੱਚ ਜਿੱਥੇ 1984 ਦੇ ਪੀੜਿਤ ਪਰਿਵਾਰ ਰਹਿੰਦਾ ਹੈ ਉੱਥੇ ਕਈ ਵਾਰ ਸਿੱਖ ਪੀੜਿਤ ਪਰਿਵਾਰਾਂ ਦੇ ਨਾਲ ਤਸ਼ੱਦਦਾਂ ਹੋਈਆਂ ਔਰ 2015 ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਜਿਹਨੇ ਤੁਲ ਫੜੀ ਸੀਗੀ ਜਿੱਥੇ ਆਪਸ ਦੇ ਵਿੱਚ ਮੌਬ ਲਿੰਚਿੰਗ ਵੀ ਹੋਈ ਸੀਗੀ। ਯਾਨੀ ਕਿ ਦੋ ਵੱਖ ਵੱਖ ਜਿਹੜੇ ਰਿਲੀਜਨ ਸੀਗੇ ਹਿੰਦੂ ਅਤੇ ਸਿੱਖ ਉਹ ਆਪਸ ਦੇ ਵਿੱਚ ਉਹਨਾਂ ਦੀ ਭਿੜੰਤ ਹੋਈ ਸੀਗੀ ਕਿਸੇ ਗੱਲ ਨੂੰ ਲੈ ਕੇ। ਅਤੇ ਜਿਹੜਾ ਮੇਜ਼ਬਾਨੀ ਇਸ ਵੀਡੀਓ ਦੇ ਵਿੱਚ ਕਰ ਰਿਹਾ ਹੈ ਉਹ ਸਾਫ਼ ਇਹ ਵੀ ਕਹਿੰਦਾ ਹੋਇਆ ਨਜ਼ਰ ਆਇਆ ਕਿ 2015 ਦੇ ਵਿੱਚ ਜਿਵੇਂ ਅਸੀਂ ਸਰਦਾਰਾਂ ਨੂੰ ਦੌੜਾ ਦੌੜਾ ਕੇ ਮਾਰਿਆ ਸੀ ਹੁਣ ਵਾਰੀ ਹੈ ਮੁਸਲਮਾਨਾਂ ਨੂੰ ਦੌੜਾ ਦੌੜਾ ਕੇ ਮਾਰੋ। ਆਖਿਰਕਾਰ ਇਹਨਾਂ ਨੂੰ ਹੱਲਾਸ਼ੇਰੀ ਦੇ ਕੌਣ ਰਿਹਾ ਹੈ? ਆਖਿਰਕਾਰ ਹਿੰਦੂ ਰਾਸ਼ਟਰ ਏਜੰਡੇ ਦੀ ਜਿਹੜੀ ਗੱਲ
ਕਈ ਮੀਡੀਆ ਚੈਨਲਾਂ ਦੇ ਵਿੱਚ ਸੁਣਨ ਨੂੰ ਮਿਲੀਆਂ, ਕਈ ਨਿਊਜ਼ ਪੇਪਰਾਂ ਦੇ ਵਿੱਚ ਪੜ੍ਹਨ ਨੂੰ ਮਿਲੀਆਂ, ਕਈ ਸਾਰੇ ਸਿਆਸੀ ਪੰਡਿਤਾਂ ਨੇ ਇਸ ਗੱਲ ਦੇ ਉੱਤੇ ਪਰਦਾ ਉਠਾਇਆ ਕਿ ਆਖਿਰਕਾਰ ਹਿੰਦੂ ਰਾਸ਼ਟਰ ਏਜੰਡੇ ਦੀ ਗੱਲ ਸੱਚੀ ਹੋ ਰਹੀ ਹੈ। ਜੋ ਭਾਰਤ ਦੇ ਵਿੱਚ ਜੈ ਸ਼੍ਰੀ ਰਾਮ ਨਹੀਂ ਬੋਲੇਗਾ ਉਹ ਭਾਰਤ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੈ। ਇਹ ਵੀ ਬਿਆਨ ਕਈ ਵਾਰ ਲੀਡਰਾਂ ਦੇ ਸਾਹਮਣੇ ਆਏ ਔਰ ਇਹ ਵੀ ਬਿਆਨ ਕਈ ਵਾਰੀ ਹਿੰਦੂ ਸੰਗਠਨਾਂ ਦੇ ਸਾਹਮਣੇ ਆਏ। ਸਾਡਾ ਮਕਸਦ ਸਿਰਫ ਇੰਨਾ ਹੈ ਕਿ ਆਖਿਰਕਾਰ ਇਸ ਦੇਸ਼ ਦੇ ਵਿੱਚ ਹੋ ਕੀ ਰਿਹਾ ਹੈ, ਅੱਜ ਕਿਉਂ ਨਹੀਂ ਘੱਟ ਗਿਣਤੀਆਂ ਨੂੰ ਉੱਥੇ ਸੁਣਿਆ ਜਾ ਰਿਹਾ। ਇਹਦੀ ਔਥੈਂਟਿਸਿਟੀ ਵੀ ਅਸੀਂ ਅੱਜ ਚੈੱਕ ਕਰਾਂਗੇ। ਅਸੀਂ ਹਿਊਮਨ ਰਾਈਟਸ ਦੇ ਕਈ ਐਕਟੀਵਿਸਟ ਨੂੰ ਵੀ ਅੱਜ ਇਸ ਮੰਚ ਦੇ ਉੱਤੇ ਲੈ ਕੇ ਆਵਾਂਗੇ ਜੋ ਕਿ ਜ਼ਮੀਨੀ ਪੱਧਰ 'ਤੇ ਸਾਨੂੰ ਇੰਡੀਆ ਦੇ ਹਾਲ ਸੁਣਾਉਣਗੇ, ਉੱਥੇ ਦੀ ਬਿਆਨੀ ਸਾਨੂੰ ਦੱਸਣਗੇ ਕਿ ਆਖਿਰਕਾਰ ਹੋ ਕੀ ਰਿਹਾ। ਹਿੰਦੂ ਸੰਗਠਨਾਂ ਦੀ ਅਸੀਂ ਗੱਲ ਕਰੀਏ ਉਹਦੇ ਵਿੱਚ ਸ਼ਿਵ ਸੈਨਾ, ਬਜਰੰਗ ਦਲ, RSS ਦੇ ਕਈ ਹੋਰ ਜਿਹੜੀ ਸ਼ਾਖਾਵਾਂ ਹਨ ਉਹ ਕਿਸ ਤਰੀਕੇ ਨਾਲ ਐਕਟਿਵ ਹੋ ਰਹੀ ਹੈ। ਯੂਪੀ ਦੇ ਵਿੱਚ ਅਸੀਂ ਖਾਸ ਤੌਰ ਦੇ ਉੱਤੇ ਵੇਖਿਆ ਕਈ ਵਾਰੀ ਮੌਬ ਲਿੰਚਿੰਗ ਦੇ ਜਿਹੜੇ ਮਾਮਲੇ ਨੇ ਉਹ ਸਾਹਮਣੇ ਆਏ, ਅਟੈਕ ਹੋਏ। ਅੱਜ ਉਹ ਦੇਸ਼ ਜੋ ਕਿ ਵਿਸ਼ਵ ਦੇ ਵਿੱਚ ਮਿਸਾਲ ਦਿੰਦਾ ਸੀਗਾ ਏਕਤਾ ਦੀ, ਅਖੰਡਤਾ ਦੀ, ਅੱਜ ਉਹ ਮਿਸਾਲ ਕਿੱਥੇ ਖੜੀ ਹੈ? ਅੱਜ ਉਹ ਯੂਨਾਈਟ ਹੋਣ ਦੀ ਗੱਲ ਕਰਦਾ ਸੀ, ਅੱਜ ਉਹ ਕਿੱਥੇ ਸਟੈਂਡ ਕਰਦੇ ਹਨ? ਕਈ ਸਿਆਸੀ ਪੰਡਿਤ ਇਹ ਵੀ ਕਹਿੰਦੇ ਹਨ ਕਿ ਇਸ ਗੱਲ ਨੂੰ ਜ਼ਿਆਦਾ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ, ਅਜਿਹਾ ਕੁਛ ਵੀ ਨਹੀਂ ਹੈ ਭਾਰਤ ਦੇ ਅੰਦਰ, ਬਿਲਕੁਲ ਠੀਕ ਹੈ, ਸਾਰਾ ਮਾਹੌਲ ਉੱਥੇ ਵਧੀਆ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਤਾਂ ਕਈ ਵਾਰ ਸਾਹਮਣੇ ਆ ਕੇ ਕਹਿ ਚੁੱਕੇ ਹਨ ਕਿ ਮੈਂ ਇਹਨਾਂ ਸਾਰੀ ਗੱਲਾਂ ਦੇ ਖਿਲਾਫ ਹਾਂ, ਜੋ ਵੀ ਮੌਬ ਲਿੰਚਿੰਗ ਕਰਦਾ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਲੇਕਿਨ ਫਿਰ ਵੀ ਇਹ ਸ਼ਰੇਆਮ ਮੀਟਿੰਗਾਂ ਹੁੰਦੀਆਂ ਹਨ, ਉਹ ਕਿਹੜੇ ਮਨਿਸਟਰਸ ਹਨ ਜੋ ਕਿ ਇਹਨਾਂ ਲੀਡਰਾਂ ਨੂੰ ਮੇਜ਼ਬਾਨੀ ਕਰਨ ਦਾ ਮੌਕਾ ਦਿੰਦੇ ਹਨ, ਮੀਟਿੰਗ ਸੱਦਣ ਦਾ ਮੌਕਾ ਦਿੰਦੇ ਹਨ ਔਰ ਉਸ ਮੀਟਿੰਗ ਦੇ ਵਿੱਚ ਇਹ ਹਿੱਕ ਦੀ ਜ਼ੋਰ ਨਾਲ ਕਹਿੰਦੇ ਹੈ ਕਿ ਅਸੀਂ ਇਹਨਾਂ ਨੂੰ ਨਹੀਂ ਛੱਡਾਂਗੇ? ਇਹ ਇਹਨਾਂ ਨੂੰ ਕੌਣ ਨੇ? ਕਿ ਉਹ ਸਾਡੇ ਸਿੱਖ ਭਰਾ ਨੇ, ਕਿ ਉਹ ਸਾਡੇ ਮੁਸਲਮਾਨ ਭਰਾ ਨੇ, ਜਾਂ ਫਿਰ ਕਿਸੇ ਹੋਰ ਧਰਮ ਦੇ ਨਾਲ ਤਾਲੁਕ ਰੱਖਣ ਵਾਲੇ ਕੋਈ ਹੋਰ ਭਾਈਚਾਰਾ, ਜਾਂ ਫਿਰ ਇਹ ਘੱਟ ਗਿਣਤੀਆਂ ਦੇ ਨਾਲ ਦੇਸ਼ ਦੇ ਵਿੱਚ ਇੱਕ ਤਸ਼ੱਦਦ, ਦੇਸ਼ ਦੇ ਵਿੱਚ ਇੱਕ ਅਜਿਹਾ ਮਾਹੌਲ ਜੋ ਕਿ ਮਾਈਨੋਰਿਟੀਜ਼ ਨੂੰ ਸੇਫ ਨਹੀਂ ਰੱਖ ਪਾ ਰਿਹਾ? ਇਹਨਾਂ ਸਾਰੀ ਗੱਲਾਂ ਦੇ ਉੱਤੇ ਜਵਾਬ ਲਵਾਂਗੇ। ਅਗਰ ਆਖਿਰਕਾਰ ਦੇਸ਼ ਦੇ ਵਿੱਚ ਮਾਹੌਲ ਠੀਕ ਹੈ ਤਾਂ ਫਿਰ ਇਹ ਸ਼ਰੇਆਮ ਮੀਟਿੰਗਾਂ ਕਿਉਂ ਹੁੰਦੀਆਂ ਹਨ ਔਰ ਕਿਉਂ ਲਲਕਾਰਿਆ ਜਾਂਦਾ ਹੈ ਕਿ ਆਓ ਤੁਹਾਨੂੰ ਵੇਖ ਲਵਾਂਗੇ? ਇਹੀ ਅੱਜ ਦਾ ਮੁੱਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਜੀ, ਬ੍ਰੇਕ ਤੋਂ ਬਾਅਦ ਸਵਾਲ ਸਿੱਧਾ ਇਹ ਬਣਦਾ ਕਿ ਜੇ ਇੰਡੀਆ ਦੇ ਵਿੱਚ ਰਹਿਣਾ ਤਾਂ ਜੈ ਸ਼੍ਰੀ ਰਾਮ ਤੁਹਾਨੂੰ ਕਹਿਣਾ ਪਏਗਾ, ਇਹ ਤੁਹਾਨੂੰ ਸਰਟੀਫਿਕੇਟ ਦੇਣਾ ਪਏਗਾ, ਜਾਂ ਫਿਰ ਅਗਰ ਤੁਸੀਂ ਨਹੀਂ ਕਹਿੰਦੇ ਤਾਂ ਫਿਰ ਕੀ ਹੋਵੇਗਾ? ਇਹ ਜਿਹੜੀ ਖਬਰ ਹੈ ਇਹਦੇ ਉੱਤੇ ਕਿੰਨੀ ਸੱਚਾਈ ਹੈ, ਜ਼ਮੀਨੀ ਪੱਧਰ 'ਤੇ ਕੀ ਹਾਲਾਤ ਨੇ, ਉਸ ਉੱਤੇ ਚਾਨਣਾ ਪਾ ਲੈਂਦੇ ਹਾਂ। ਮੇਰੇ ਨਾਲ ਹਰਮਿੰਦਰ ਸਿੰਘ ਆਹਲੂਵਾਲੀਆ, ਸੋਸ਼ਲ ਐਕਟੀਵਿਸਟ, ਮੌਜੂਦ ਹਨ ਦਿੱਲੀ ਤੋਂ। ਕੀ ਹਰਮਿੰਦਰ ਜੀ, ਮੈਨੂੰ ਹੁਣ ਜੈ ਸ਼੍ਰੀ ਰਾਮ ਕਹਿਣਾ ਪਏਗਾ ਜੇਕਰ ਮੈਨੂੰ ਇੰਡੀਆ ਦੇ ਵਿੱਚ ਰਹਿਣਾ ਹੈ? ਬਿਲਕੁਲ ਜੀ, ਜੇ ਤੁਸੀਂ ਆਪਣੀ ਜਾਨ ਬਚਾਉਣੀ ਹੈਗੀ ਹੈ, ਹਾਂਜੀ, ਔਰ ਜੇ ਤੁਸੀਂ ਆਪਣੀ ਅਣਕ ਨੂੰ ਹਿੰਦੁਸਤਾਨ ਦੇ ਵਿੱਚ ਅਣਕ ਨੂੰ ਮਾਰ ਕੇ ਜੀਣਾ ਹੈਗਾ ਤੇ ਫਿਰ ਤੁਹਾਨੂੰ ਆਪਣਾ ਜੈ ਸ਼੍ਰੀ ਰਾਮ ਵੀ ਕਹਿਣਾ ਪਏਗਾ ਔਰ ਜੋ ਵੀ ਉਹ ਬੋਲਦੇ ਆ ਉਹ ਤੁਹਾਨੂੰ ਕਹਿਣਾ ਪਏਗਾ, ਕਿਉਂਕਿ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰੱਖਿਆ ਹੁੰਦਾ। ਇੱਕ ਹੋਰ ਰੀਸੈਂਟ ਆਈ, ਇੱਕ ਛੋਟੇ ਜਿਹੇ ਬੱਚੇ ਨੂੰ, ਜਿਹੜਾ ਸਾਲ ਦਾ ਬੱਚਾ ਹੈਗਾ, ਉਹਨੂੰ ਵੀ ਮਾਰ ਮਾਰ ਕੇ ਜੈ ਸ਼੍ਰੀ ਰਾਮ ਬੁਲਵਾ ਰਹੇ ਤੇ ਹਾਲਾਤ ਜਿਹੜੇ ਹੈਗੇ ਘੱਟ ਗਿਣਤੀਆਂ ਦੇ ਬਹੁਤ ਹੀ ਜਿਹੜਾ ਚਿੰਤਾਜਨਕ ਹੈਗੇ ਆ। ਇਹ ਹਾਲਾਤ ਕਦ ਤੋਂ ਬਣੇ ਹਨ ਔਰ ਇਸ ਇਹਨਾਂ ਹਾਲਾਤਾਂ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ, ਕੌਣ ਹੋ ਸਕਦਾ ਹੈ ਔਰ ਕਿਹੜੀ ਤਾਕਤਾਂ ਇਹਨਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ? ਦੇਖੋ, ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ, ਬੀਜੇਪੀ ਦੀ ਵੀ ਨਹੀਂ ਕਹਾਂਗਾ, ਜਦੋਂ ਦੀ RSS ਦੀ ਸਰਕਾਰ ਆਈ ਹੈਗੀ ਹੈ, ਉਦੋਂ ਤੋਂ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈਗਾ ਔਰ ਭਾਰਤ ਦਾ ਪ੍ਰਧਾਨ ਮੰਤਰੀ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਹੈਗਾ ਨਰਿੰਦਰ ਮੋਦੀ, ਕਿਉਂਕਿ ਉਹ ਤੇ ਲੋਕ ਦਿਖਾਵੇ ਵਾਸਤੇ, ਇੰਟਰਨੈਸ਼ਨਲ ਕਮਿਊਨਿਟੀ ਨੂੰ ਬੇਵਕੂਫ ਬਣਾਉਣ ਵਾਸਤੇ ਉਹਦਾ ਬਿਆਨ ਆਉਂਦਾ ਰਹਿੰਦਾ ਬਈ ਮੌਬ ਲਿੰਚਿੰਗ ਨਾ ਕੀਤੀ ਜਾਵੇ ਔਰ ਗਾਂ ਦੇ ਨਾਂ ਤੇ ਜਿਵੇਂ ਬੰਦਿਆਂ ਨੂੰ ਮਾਰਿਆ ਜਾਂਦਾ ਉਹ ਨਾ ਕੀਤਾ ਜਾਵੇ, ਜਿਹੜੇ ਝੂਠੇ ਗੋ ਰਕਸ਼ਕ ਬਣੇ ਹੋਏ ਆ, ਇੱਕ ਪਾਸੇ ਗੋ ਰਕਸ਼ਾ ਦੀ ਗੱਲ ਕਰਦੇ ਆ, ਦੂਜੇ ਪਾਸੇ
ਪਾਸੇ ਹਜ਼ਾਰਾਂ ਗਾਵਾਂ ਯੂਪੀ ਦੇ ਜਿਹੜੇ ਗੋਸ਼ਾਲਾ ਹੈਗੀ ਉਹਦੇ ਵਿੱਚ ਮਰ ਗਏ ਹੈਗੇ ਤੇ ਜਿਹੜੀਆਂ ਇਹਨਾਂ ਨੇ ਆਪ ਗਾਵਾਂ ਮਾਰੀਆਂ ਜਿੰਨੇ ਵੀ ਸਲੋਟਰ ਹਾਊਸ ਹੈਗੇ ਆ ਇੰਡੀਆ ਚ ਉਹ 99% ਉਹਦੇ ਜਿਹੜੇ ਓਨਰ ਹੈਗੇ ਆ ਉਹ ਹਿੰਦੂ ਹੈਗੇ ਆ ਤੇ ਆਪ ਜਿਹੜੇ ਹੈਗੇ ਆਪ ਗਾਂ ਵੀ ਕੱਟਦੇ ਹੈਗੇ ਆ ਆਪ ਗਾਵਾਂ ਨੂੰ ਮਾਰਦੇ ਵੀ ਹੈ ਉਹਨਾਂ ਨੂੰ ਵੇਚਦੇ ਵੀ ਹੈ ਉਹ ਠੀਕ ਹੈਗਾ ਲੇਕਿਨ ਕਿਸੇ ਗਰੀਬ ਮੁਸਲਮਾਨ ਜੇ ਕੋਈ ਟਰਾਂਸਪੋਰਟ ਕਰ ਰਿਹਾ ਹੈਗਾ ਆਪਣੀ ਰੋਜ਼ੀ ਰੋਟੀ ਵਾਸਤੇ ਉਹਨੂੰ ਟਰੱਕ ਦੇ ਅੰਦਰ ਲੈ ਕੇ ਜਾ ਰਿਹਾ ਉਹਨੂੰ ਜਿਹੜਾ ਹੈਗਾ ਗੋਰਖਸ਼ਾ ਦੇ ਨਾਂ ਦੇ ਉੱਤੇ ਉਹਨੂੰ ਮਾਰ ਦਿੱਤਾ ਜਾਂਦਾ ਜਿੰਦਾ ਜਲਾ ਦਿੱਤਾ ਜਾਂਦਾ ਜੀ ਇਹ ਬਹੁਤ ਹੀ ਜਿਹੜੀ ਹੈਗੀ ਹੈ ਸੀਰੀਅਸ ਸਿਚੁਏਸ਼ਨ ਹੈਗੀ ਹੈ ਤੇ ਇੰਟਰਨੈਸ਼ਨਲ ਕਮਿਊਨਿਟੀ ਈਵਨ UN ਤੱਕ ਇਸ ਦੇ ਉੱਤੇ ਸਟੇਟਮੈਂਟ ਦੇ ਚੁੱਕਿਆ ਕਿ ਇੰਡੀਆ ਦੇ ਅੰਦਰ ਜੋ ਮੌਬ ਲਿੰਚਿੰਗ ਹੋ ਰਹੀ ਹੈਗੀ ਮਾਈਨੋਰਟੀਜ਼ ਨੂੰ ਪਿੱਛੇ ਨਾਲ ਮਾਰੇ ਜਾ ਰਹੇ ਉਸ ਤੇ ਫੌਰਨ ਰੋਕ ਲਾਈ ਜਾਏ ਹਰਮਿੰਦਰ ਜੀ ਜਿਹੜੀ ਵੀਡੀਓ ਮੈਂ ਇਸ ਟਾਈਮ ਟੀਵੀ ਦੇ ਉੱਤੇ ਵੇਖ ਪਾ ਰਿਹਾ ਔਰ ਸਾਰੇ ਜਿਹੜੇ ਸਾਡੇ ਆਡੀਅੰਸ ਹੈ ਸਾਡੇ ਵਿਊਅਰਸ ਨੇ ਉਹ ਵੀ ਵੇਖ ਪਾ ਰਹੇ ਹੋਣਗੇ ਇਸ ਵੀਡੀਓ ਦਾ ਕਿੰਨਾ ਤੱਥ ਹੈ ਔਰ ਇਸ ਵੀਡੀਓ ਦੇ ਵਿੱਚ ਕੀ ਕੁਝ ਹੋਇਆ ਤੁਸੀਂ ਇਹਦੀ ਖੁਦ ਆਪ ਜ਼ੁਬਾਨੀ ਕਰੋ ਕਿਉਂਕਿ ਤੁਸੀਂ ਖੁਦ ਆਪ ਇਹਦੇ ਵਿੱਚ ਇਨਵੋਲਵ ਰਹੇ ਸੀਗੇ ਹਾਂਜੀ ਇਹ ਦੇਖੋ ਹੁਣ ਜਿਹੜੀ ਅੱਗ ਹੈਗੀ ਆ ਉਹ ਸਾਡੇ ਘਰ ਤੱਕ ਪਹੁੰਚ ਚੁੱਕੀ ਹੈਗੀ ਹੈ ਠੀਕ ਹੈ ਪਹਿਲੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖਦੇ ਹੁੰਦੇ ਸੀਗੇ ਯੂਪੀ ਬਿਹਾਰ ਦੀ ਰਾਜਸਥਾਨ ਦੀ ਜੀ ਬਈ ਉੱਥੇ ਰਿਮੋਟ ਏਰੀਆ ਅਸੀਂ ਦੇਖਦੇ ਸੀਗੇ ਹੁਣ ਇਹ ਬਹੁਤ ਹੀ ਇੱਕ ਸੀਰੀਅਸ ਸਿਚੁਏਸ਼ਨ ਹੈਗੀ ਹੈ ਜਦੋਂ ਭਾਰਤ ਦੀ ਰਾਜਧਾਨੀ ਦਿੱਲੀ ਔਰ ਉਹਦੇ ਚ ਵੀ ਜਿੱਥੇ ਸਿੱਖਾਂ ਦਾ ਗੜ ਹੈਗਾ ਉਸ ਜਗ੍ਹਾ ਦੇ ਉੱਤੇ ਇੱਕ ਮੀਟਿੰਗ ਹੁੰਦੀ ਹੈ ਮੰਦਿਰ ਦੇ ਵਿੱਚ ਸਨਾਤਨ ਧਰਮ ਮੰਦਿਰ ਦੇ ਵਿੱਚ ਤੇ ਉਸ ਮੀਟਿੰਗ ਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਜਿਸ ਤਰੀਕੇ ਨਾਲ ਇੱਕ ਇੰਸੀਡੈਂਟ ਹੋਇਆ ਸੀਗਾ 15 ਅਗਸਤ 2013 ਨੂੰ ਜੀ ਉਦੋਂ ਵੀ ਦਾਸ ਹਰ ਉਸ ਸਿੱਖ ਨੂੰ ਮਿਲ ਕੇ ਆਏ ਸੀ ਜਿਹਨੂੰ ਗੋਲੀ ਵੱਜੀ ਸੀਗੀ ਔਰ ਸੰਗਤ ਵੱਲੋਂ ਅਸੀਂ ਉਹਨਾਂ ਨੂੰ 5-5 ਹਜ਼ਾਰ ਰੁਪਏ ਵੀ ਦੇ ਕੇ ਆਏ ਸੀਗੇ ਜੀ ਉਸ ਇੰਸੀਡੈਂਟ ਦੇ ਵਿੱਚ ਜਦੋਂ ਸਿੱਖਾਂ ਨੇ ਰਿਐਕਟ ਕੀਤਾ ਤੇ ਪੁਲਿਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀਗੀ ਜਦੋਂ ਦੂਜੇ ਪਾਸਿਓਂ ਜਦੋਂ ਹਮਲਾ ਹੋ ਰਿਹਾ ਸੀਗਾ ਉਦੋਂ ਪੁਲਿਸ ਵੱਲੋਂ ਕੋਈ ਵੀ ਹਰਕਤ ਨਹੀਂ ਕੀਤੀ ਗਈ ਜਦੋਂ ਸਿੱਖਾਂ ਨੇ ਰਿਟੈਲੀਏਟ ਕੀਤਾ ਤੇ ਉਦੋਂ ਫਾਇਰਿੰਗ ਕਰ ਦਿੱਤੀ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਕਿ ਇਸ ਵੀਡੀਓ ਦੇ ਵਿੱਚ ਇਸ ਸ਼ਖਸ ਵੱਲੋਂ ਜੋ ਕਿ ਮੇਜ਼ਬਾਨੀ ਕਰ ਰਿਹਾ ਹੈ ਇਸ ਮੀਟਿੰਗ ਦੀ ਉਹਨੇ ਕਿਹਾ ਕਿ ਜਿਵੇਂ ਅਸੀਂ ਸਿੱਖਾਂ ਨੂੰ ਦੌੜਾ ਦੌੜਾ ਕੇ ਮਾਰਿਆ ਸੀ ਉਵੇਂ ਹੀ ਅਸੀਂ ਮੁਸਲਮਾਨਾਂ ਨੂੰ ਮਾਰਨਾ ਹੈ ਕੀ ਸੱਚ ਹੈ ਕਿ ਇਹ ਗੱਲ ਸਿਰਫ ਅਫਵਾਹਾਂ ਦਾ ਬਾਜ਼ਾਰ ਗਰਮ ਕਰ ਰਹੀ ਹੈ ਨਹੀਂ ਵੀਰ ਜੀ ਤੁਸੀਂ ਵੀਡੀਓ ਚ ਦੇਖੋਗੇ ਉਹ ਆਪਣੇ ਮੂੰਹ ਬੋਲ ਰਿਹਾ ਪਲੱਸ ਜਦ ਅਸੀਂ ਥਾਣੇ ਤੇ ਉਹਦੀ ਕੰਪਲੇਂਟ ਕਰਾਈ ਤੇ ਜਿਹੜਾ ਜਲੰਧਰ ਦੇ SHO ਸਾਹਿਬ ਸੀਗੇ ਉਹਨਾਂ ਨੇ ਉਸ ਮੁੰਡੇ ਨੂੰ ਪੇਸ਼ ਕੀਤਾ ਔਰ ਉਸ ਟਾਈਮ ਉਸ ਇਲਾਕੇ ਦੇ ਮੌਜੂਦ ਬੰਦੇ ਉੱਥੇ ਬੈਠੇ ਸੀਗੇ ਆਪਣਾ ਮੁਸਲਿਮ ਸਮਾਜ ਦੇ ਵੀ ਬੈਠੇ ਸੀਗੇ ਦਲਿਤ ਸਮਾਜ ਦੇ ਵੀ ਬੈਠੇ ਸੀ ਸਿੱਖ ਸਮਾਜ ਦੇ ਬੈਠੇ ਸੀ ਦਾਸ ਵੀ ਸੀਗਾ ਤੇ ਸਾਡੇ ਸਾਰਿਆਂ ਦੇ ਸਾਹਮਣੇ ਜੋ ਉਹਨੇ ਵੀਡੀਓ ਚ ਬੋਲਿਆ ਉਹੀ ਉਹਨੇ ਆਪਣੇ ਮੂੰਹੋਂ ਬੋਲਿਆ ਕਿ ਅਸੀਂ ਜਿੱਦਾਂ 2013 ਚ ਤੁਹਾਨੂੰ ਦੌੜਾ ਦੌੜਾ ਕੇ ਮਾਰਿਆ ਸੀਗਾ ਸਿੱਖਾਂ ਨੂੰ ਐਵੇਂ ਅਸੀਂ ਛਿਆਲਾ ਏਰੀਆ ਦੇ ਵਿੱਚ ਜਿਹੜੇ ਮੁਸਲਮਾਨ ਜਿੱਥੇ ਕਾਫੀ ਰਹਿੰਦੇ ਹੈਗੇ ਉਹਨਾਂ ਨੂੰ ਘੇਰ ਕੇ ਮਾਰਾਂਗੇ ਇਹ ਉਹਨੇ ਸਾਰਿਆਂ ਦੇ ਸਾਹਮਣੇ ਦੁਬਾਰਾ ਬੋਲਿਆ ਤੇ ਇਹਦੇ ਵਿੱਚ ਇਹ ਕੋਈ ਗੱਲ ਨਹੀਂ ਹੈਗੀ ਕੋਈ ਅਫਵਾਹ ਹੈਗੀ ਉਹਦਾ ਕਬੂਲ ਕਰਦਾ ਪਿਆ ਵੀ ਮੈਂ ਬੋਲਿਆ ਜਦੋਂ ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਏਦਾਂ ਕਿਉਂ ਬੋਲ ਰਹੇ ਹੋ ਔਰ ਇਹ ਵੀ ਨਹੀਂ ਅਨਪੜ੍ਹ ਹੈਗਾ ਪੜ੍ਹਿਆ ਲਿਖਿਆ ਮੁੰਡਾ ਹੈ ਉਹਨੇ MA ਕੀਤੀ ਹੋਈ ਹੈ ਔਰ ਜਿਮ ਦੇ ਅੰਦਰ ਇੰਸਟ੍ਰਕਟਰ ਹੈਗਾ ਤੇ ਉਹ ਕਹਿੰਦਾ ਜੀ ਇਹ ਜਿਹੜੇ ਮੁਸਲਮਾਨ ਹੈ ਨਾ ਸਾਡੀ ਕੁੜੀਆਂ ਨਾਲ ਬਲਾਤਕਾਰ ਕਰਦੇ ਹੈਗੇ ਆ ਲਵ ਜਿਹਾਦ ਕਰਦੇ ਹੈਗੇ ਇਸ ਕਰਕੇ ਅਸੀਂ ਇਹਨਾਂ ਨੂੰ ਮਾਰਦੇ ਹਾਂ ਬਸ ਮੇਰੇ ਤੋਂ ਗਲਤੀ ਇਹ ਹੋਈ ਕਿ ਮੈਂ ਸਿੱਖਾਂ ਦਾ ਐਗਜ਼ਾਮਪਲ ਗਲਤ ਕੋਟ ਕਰ ਲਿਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਗੱਲ ਸੁਣੋ ਕਿ ਸਿੱਖਾਂ ਦੀਆਂ ਵੀ ਕੁੜੀਆਂ ਹਿੰਦੂਆਂ ਦੇ ਨਾਲ ਵਿਆਹੀਆਂ ਜਾਂਦੀਆਂ ਸਾਰੇ ਧਰਮਾਂ ਦੀ ਇੱਕ ਦੂਜੇ ਨਾਲ ਵਿਆਹੀਆਂ ਜਾਂਦੀਆਂ ਜਿਹਦਾ ਜਿੱਥੇ ਦਿਲ ਆਉਂਦਾ ਹੈਗਾ ਤੇ ਉੱਥੇ ਅਸੀਂ ਕਦੇ ਨਹੀਂ ਕਿਹਾ ਕਿ ਹਿੰਦੂ ਲਵ ਜਿਹਾਦ ਕਰ ਰਹੇ ਆ ਸਿੱਖਾਂ ਦੇ ਨਾਲ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜਾ ਸਿੱਖੀ ਬਾਰੇ ਔਰ ਆਪਣੇ ਧਰਮ ਬਾਰੇ ਦੱਸੀ ਹੈ ਉਸ ਤੋਂ ਬਾਅਦ ਬੱਚੇ ਦੀ ਮਰਜ਼ੀ ਹੈ 18 ਸਾਲ ਤੋਂ ਬਾਅਦ ਜਿੱਥੇ ਮਰਜ਼ੀ ਵਿਆਹ ਕਰ ਸਕਦਾ ਤੇ ਉਸ ਨੂੰ ਅਸੀਂ ਕਹੀਏ ਵੀ ਇਹ ਕੋਈ ਲਵ ਜਿਹਾਦ ਹੋ ਰਿਹਾ ਜਾਂ ਕੁਛ ਹੋ ਰਿਹਾ ਇਹ ਸਿਰਫ ਤੇ ਸਿਰਫ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਜਿਹੜੀ ਹੈ ਕਿ ਸਾਡਾ ਮੀਡੀਆ ਰੋਜ਼ ਪਰੋਸ ਰਿਹਾ ਹੁੰਦਾ ਹੈਗਾ ਔਰ ਜੋ ਇਹਦੀ ਫੈਕਟਰੀ ਨਾਗਪੁਰ ਚ ਲੱਗੀ ਹੋਈ RSS ਦੀ ਉਹ ਇਹ ਵਾਲਾ ਜਿਹੜਾ ਗਲਤ ਲੇਬਲ ਹੈਗਾ ਇਹੋ ਜਿਹੇ ਮੁੰਡਿਆਂ ਨੂੰ ਪੜ੍ਹਾ ਰਹੇ ਹਾਂ ਔਰ ਇਹ ਸਿਲੇਬਸ ਪੜ੍ਹ ਕੇ ਅੱਗੇ ਨਫ਼ਰਤ ਦਾ ਬਾਜ਼ਾਰ ਗਰਮ ਕਰਦੇ ਹਾਂ ਔਰ ਮੀਟਿੰਗਾਂ ਕਰ ਕਰਕੇ ਜਿਹੜੇ ਹੋਰ ਨੌਜਵਾਨ ਹੈ ਉਹਨਾਂ ਦਿਮਾਗ ਚ ਜ਼ਹਿਰ ਭਰ ਰਹੇ ਹੈ ਚਲੋ ਹਰਮਿੰਦਰ ਜੀ ਅਸੀਂ ਸਾਰੀ ਗੱਲਾਂ ਨੂੰ ਛੱਡੀਏ ਐਜ਼ ਅਨ ਸਿੱਖ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ ਕੀ ਤੁਸੀਂ ਆਪਣੇ ਆਪ ਨੂੰ ਮਹਿਫੂਜ਼ ਔਰ ਤੁਹਾਨੂੰ ਲੱਗਦਾ ਕਿ ਤੁਸੀਂ ਮਹਿਫੂਜ਼ ਹੋ ਇੰਡੀਆ ਦੇ ਵਿੱਚ ਔਰ ਇੰਡੀਆ ਦੀ ਰਾਜਧਾਨੀ ਦਿੱਲੀ ਦੇ ਵਿੱਚ ਬਿਲਕੁਲ ਮਹਿਫੂਜ਼ ਨਹੀਂ ਹੈਗਾ ਜੀ ਇੱਥੇ ਕਦੇ ਵੀ ਮੈਂ ਤੁਹਾਡੇ ਚੈਨਲ ਰਾਹੀਂ ਬੋਲ ਰਿਹਾ ਕਦੇ ਵੀ ਦਾਸ ਦੇ ਉੱਤੇ ਹਮਲਾ ਹੋ ਸਕਦਾ ਹੈ ਦਾਸ ਦੇ ਪਰਿਵਾਰ ਤੇ ਹਮਲਾ ਹੋ ਸਕਦਾ ਹੈ ਔਰ ਇਕੱਲੇ ਮੇਰੇ ਤੇ ਨਹੀਂ ਜਿਹੜਾ ਵੀ ਹੱਕ ਸੱਚ ਦੀ ਗੱਲ ਕਰਦਾ ਹੈਗਾ ਜੋ ਸਹੀ ਗੱਲ ਕਰਦਾ ਹੈ ਅਣਖ ਦੀ ਗੱਲ ਕਰਦਾ ਹੈ ਔਰ ਉਸ ਤੇ ਦਾ ਹਮਲਾ ਕਦੇ ਵੀ ਹੋ ਸਕਦਾ ਹੈ
ਤੇ ਫਿਰ ਕਿੱਥੇ ਹਨ ਸਾਡੇ ਲੀਡਰ, ਕਿੱਥੇ ਹਨ ਸਾਡੇ ਉਹ ਡੀਐਸਜੀ ਐਮਸੀ ਦੀ ਅਗਵਾਈ ਕਰਨ ਵਾਲੇ, ਕਿੱਥੇ ਹਨ ਉਹ ਐਸਜੀਪੀਸੀ ਦੀ ਅਗਵਾਈ ਕਰਨ ਵਾਲੇ, ਕਿੱਥੇ ਆ ਸ਼੍ਰੋਮਣੀ ਅਕਾਲੀ ਦਲ ਜੋ ਕਿ ਆਪਣੀ ਪਿੱਠ ਥਪਥਪਾ ਕੇ ਕਹਿੰਦੀ ਹੈ ਕਿ ਅਸੀਂ ਸਿੱਖਾਂ ਦੀ ਹਿਮਾਇਤ ਕਰਦੇ ਹਾਂ, ਕਿੱਥੇ ਗਏ ਉਹ ਹੁਣ ਬਰਸਾਤੀ ਮੈਂਢਕ? ਦੇਖੋ 1978 ਦੇ ਵਿੱਚ ਜਦੋਂ ਨਿਰੰਕਾਰੀ ਕਾਂਡ ਹੋਇਆ ਸੀਗਾ ਉਦੋਂ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈਗਾ ਉਹਨੇ ਆਰਐਸਐਸ ਦਾ ਏਜੰਡਾ ਅਪਣਾ ਲਿਆ ਸੀਗਾ ਔਰ ਉਹਨੇ ਪੂਰਾ ਆਪਣਾ ਆਰਐਸਐਸ ਦੀ ਨਿੱਕਰ ਵੀ ਪਾ ਲਈ ਸੀ ਤੇ ਉਹਨੇ ਕਾਲੀ ਟੋਪੀ ਵੀ ਪਾ ਲਈ ਸੀ ਤੇ 1978 ਤੋਂ ਲੈ ਕੇ ਅੱਜ ਤੱਕ ਜਿਹੜਾ ਉਹਨਾਂ ਦਾ ਸਿਰਫ ਇੱਕੋ ਹੀ ਕੰਮ ਹੈ ਕਿ ਆਰਐਸਐਸ ਦਾ ਏਜੰਡਾ ਜਿਹੜਾ ਹੈਗਾ ਉਹ ਇੰਪਲੀਮੈਂਟ ਕਰਾਉਣਾ ਤੇ ਉਹਨਾਂ ਤੋਂ ਤਾਂ ਉਮੀਦ ਕਰਨੀ ਬੇਵਕੂਫੀ ਹੋਏਗੀ। ਠੀਕ ਹੈ, ਸੋ ਵੀ ਕੈਨ ਨਾਟ ਥਿੰਕ ਦੈਟ ਹੀ ਇਜ਼ ਆਰ ਲੀਡਰ, then who is our leader? appa kinu leader maniye is time sikhan da jehda ikko ek jehda leader hega jinu ki sarvat khalsa de vich chappe di dharti ton us qaum ne apna leader manneya siga aur shri akal takht sahab da jithe da chunya siga oh hai jagtar singh hamara aur oh jis qaum da leader jail de vich band hoye te oh samajh lo ki oh qaum kitna azad ho sakdi hai ki ਤੇ ਅਸੀਂ ਪਿਛਲੇ 70 ਸਾਲ ਤੋਂ ਗੁਲਾਮ ਹੈਗੇ ਆ ਤੇ ਇਸ ਗੁਲਾਮਾਂ ਦੇ ਨਾਲ ਜਿਸ ਤਰੀਕੇ ਦਾ ਵਿਵਹਾਰ ਕੀਤਾ ਜਾਂਦਾ ਹੈ ਉਸੇ ਤਰੀਕੇ ਨਾਲ ਸਾਡੇ ਨਾਲ ਵਿਵਹਾਰ ਕੀਤਾ ਜਾ ਰਿਹਾ। ਤੇ ਜੇਕਰ ਮੈਂ ਹੁਣ ਆਰਐਸਐਸ ਦੀ ਗੱਲ ਕਰਾਂ ਹਰਮਿੰਦਰ ਜੀ, ਤੇ ਉਹ ਕਿਸ ਤਰੀਕੇ ਦਾ ਇੰਜੈਕਸ਼ਨ ਭਰ ਰਹੀ ਹੈ ਸਾਡੀ ਕੌਮ ਦੇ ਵਿੱਚ? ਦੇਖੋ ਆਰਐਸਐਸ ਪੂਰਾ ਨਫ਼ਰਤ ਜਿਹੜੀ ਚੈਨਲਾਂ ਦੇ ਵਿੱਚ ਪਰੋਸੀ ਜਾ ਰਹੀ ਹੈਗੀ ਹੈ ਉਹ ਆਰਐਸਐਸ ਹਰ ਤਰੀਕੇ ਦੇ ਨਾਲ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਉਹ ਗੱਲ ਕਰਦੇ ਹੈਗੇ ਆ ਉਹ ਖੁੱਲ ਕੇ ਕਰਨ ਲੱਗ ਗਏ ਆ। ਉਹਨਾਂ ਦੇ ਜਿਹੜੇ ਐਮਪੀ ਐਮਐਲਏ ਲੀਡਰ ਬਣੇ ਹੋਏ ਜਿਹੜੇ, ਤੇ ਇਸ ਗੱਲ ਦੇ ਵਿੱਚ ਕੋਈ ਦਰਾਵਾ ਨਹੀਂ ਜਿਹੜੇ ਸੰਕੇਤ ਸਿਆਸੀ ਪੰਡਤਾਂ ਨੇ ਦਿੱਤੇ ਸੀਗੇ ਕਿ ਅਗਰ ਜੇ ਇਸ ਵਾਰ ਫਿਰ ਤੋਂ ਮੋਦੀ ਸਰਕਾਰ ਆ ਗਈ ਤਾਂ ਜਿਹੜਾ ਹਿੰਦੁਸਤਾਨ ਹੈ ਉਹ ਪੂਰਾ ਹਿੰਦੂਆਂ ਦੇ ਵਿੱਚ ਤਬਦੀਲ ਹੋ ਜਾਏਗਾ ਔਰ ਜਿਹੜਾ ਪਾਸਪੋਰਟ ਦਾ ਰੰਗ ਹੈ ਉਹ ਵੀ ਭਗਵਾ ਹੋ ਜਾਏਗਾ ਔਰ ਜਿਹੜਾ ਉੱਥੇ ਘੱਟ ਗਿਣਤੀਆਂ ਦੇ ਵਿੱਚ ਕੌਨਫੀਡੈਂਸ ਲੈਵਲ ਪੈਦਾ ਨਹੀਂ ਹੈ ਉਹ ਵੀ ਘੱਟ ਹੋ ਜਾਏਗਾ। ਇਸ ਗੱਲ ਦੇ ਉੱਤੇ ਕੋਈ ਕਿੰਨੀ ਕੋਈ ਸੱਚਾਈ ਹੈ? ਇਹਦੇ ਵਿੱਚ ਬਿਲਕੁਲ 100% ਸੱਚ ਗੱਲ ਹੈਗੀ ਹੈ। ਉਹਨਾਂ ਨੇ ਤਾਂ ਪਾਸਪੋਰਟ ਨੂੰ ਭਗਵਾ ਕਰਨ ਵਾਸਤੇ ਕੋਸ਼ਿਸ਼ ਵੀ ਕੀਤੀ ਸੀਗੀ ਲੇਕਿਨ ਜਦੋਂ ਰਿਐਕਸ਼ਨ ਆਇਆ ਉਹ ਸਾਰੇ ਪਾਰਟੀਆਂ ਦਾ ਤਾਂ ਉਹ ਰੁਕ ਗਿਆ। ਲੇਕਿਨ ਇਹ ਕਲਰ ਕਦੇ ਵੀ ਚੇਂਜ ਹੋ ਸਕਦਾ, ਇਹ ਕਲਰ ਚੇਂਜ ਹੋਣਾ ਇੱਕ ਗੱਲ ਹੈਗੀ ਲੇਕਿਨ ਜਿਹੜੇ ਚਾਰੋ ਤਰਫੋਂ ਜਿੰਨੇ ਵੀ ਜਿਹੜੇ ਫੋਰ ਪਿਲਰ ਆਫ ਡੈਮੋਕ੍ਰੇਸੀ ਹੁੰਦੇ ਹੈਗੇ ਆ ਉੱਥੇ ਆਪਣਾ ਕੰਮ ਪੂਰਾ 90% ਕੰਮ ਕੰਪਲੀਟ ਕਰ ਚੁੱਕੇ ਆ। ਸਿਰਫ ਹੁਣ ਜਿਹੜਾ ਕੌਂਸਟੀਟਿਊਸ਼ਨ ਹੈਗਾ ਜਿਹੜਾ ਬਾਬਾ ਸਾਹਿਬ ਅੰਬੇਡਕਰ ਨੇ ਬਣਾਇਆ ਸੀਗਾ ਉਹ ਕੌਂਸਟੀਟਿਊਸ਼ਨ ਹੀ ਹੈ ਜਿਹੜਾ ਕਿ ਸਾਰੇ ਮਿਨੋਰਟੀਜ਼ ਨੂੰ ਥੋੜਾ ਜਿਹਾ ਜਿਹੜਾ ਬਚਾ ਰਿਹਾ ਹੈਗਾ। ਅਦਰਵਾਈਜ਼ ਜੇ ਉਹ ਕੌਂਸਟੀਟਿਊਸ਼ਨ ਨਾ ਹੁੰਦਾ ਤੇ ਹਾਲੇ ਤੱਕ ਉੱਥੇ ਤਿਰੰਗੇ ਝੰਡਾ ਦਾ ਰੰਗ ਬਦਲ ਚੁੱਕਿਆ ਹੁੰਦਾ, ਉੱਥੇ ਭਗਵਾ ਝੰਡਾ ਲੱਗਿਆ ਹੁੰਦਾ। ਅਸੀਂ ਇਸ ਗੱਲ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਕੌਂਸਟੀਟਿਊਸ਼ਨ ਦੀ ਗੱਲ ਕੀਤੀ, ਆਰਟੀਕਲ 25B ਦੇ ਵਿੱਚ ਕਦੀ ਵੀ ਅਮੈਂਡਮੈਂਟ ਹੁਣ ਨਹੀਂ ਹੋ ਸਕਦੀ ਜਦ ਤੱਕ ਬੀਜੇਪੀ ਦੀ ਸਰਕਾਰ ਹੈ। ਦੇਖੋ ਆਰਟੀਕਲ 25B ਚ ਅਮੈਂਡਮੈਂਟ ਤਾਂ ਹੋ ਸਕਦੀ ਹੈ ਜੇ ਸਿੱਖ ਆਗੂ ਚਾਹਣ, ਲੇਕਿਨ ਜਿਹੜੇ ਸਾਡੇ ਪ੍ਰਕਾਸ਼ ਸਿੰਘ ਬਾਦਲ ਉਹੀ ਸ਼ਖਸ ਹੈਗਾ ਜਿਹਨੇ ਇਸ ਆਰਟੀਕਲ 25B ਕਰਕੇ ਸੰਵਿਧਾਨ ਨੂੰ ਅੱਗ ਲਾਈ ਸੀਗੀ ਪਾਰਲੀਮੈਂਟ ਦੇ ਬਾਹਰ ਜੀ। ਤੇ ਪਿਛਲੇ ਜਿਸ ਦਿਨ ਤੋਂ ਅੱਗ ਲਾਈ ਹੈ ਤਾਂ ਅੱਜ ਹੋ ਗਏ 35 ਸਾਲ ਜੀ, 35 ਸਾਲ ਤੋਂ ਵੀ ਵੱਧ ਹੋ ਗਏ। ਉਹਨਾਂ ਨੇ ਦੁਬਾਰਾ ਆਰਟੀਕਲ 25B ਦੀ ਗੱਲ ਨਹੀਂ ਕੀਤੀ। ਹੁਣ ਜਦੋਂ ਸੱਤਾ ਨਿਕਲ ਗਈ ਹੈ ਤਾਂ ਪਿਛਲੇ ਸਾਲ ਦੇਖਿਆ ਸੀਗਾ ਕਿ ਉਹਨਾਂ ਨੇ ਇੱਕ ਬਿਆਨ ਦਿੱਤਾ, ਲੇਕਿਨ ਕਿਉਂਕਿ ਸਾਡੇ ਜਿਹੜੇ ਇਸ ਟਾਈਮ ਸਾਡੇ ਉੱਤੇ ਆਗੂ ਮੜੇ ਹੋਏ ਆ, ਇਹ ਆਗੂ ਨਹੀਂ ਹੈਗੇ ਸਾਡੇ, ਇਹ ਬੀਜੇਪੀ ਆਰਐਸਐਸ ਵੱਲੋਂ ਸਾਡੇ ਸਿਰ ਤੇ ਮੜੇ ਹੋਏ ਆ ਕਿਉਂਕਿ ਇਲੈਕਸ਼ਨਾਂ ਪੈਸੇ ਦੇ ਦਮ ਤੇ ਜਿੱਤੀਆਂ ਜਾਂਦੀਆਂ ਔਰ ਪੈਸਾ ਇਹਨਾਂ ਕੋਲ ਬਹੁਤ ਹੈਗਾ। ਤੁਸੀਂ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰੇ ਨੂੰ ਮਿਲਦੇ ਰਹਿੰਦੇ ਹੋ, ਮੁਲਾਕਾਤ ਤੁਹਾਡੀ ਹੁੰਦੀ ਰਹਿੰਦੀ ਹੈ ਉਹਨਾਂ ਵੱਲੋਂ, ਕੀ ਕੁਝ ਸੁਨੇਹਾ ਆਉਂਦਾ ਬਾਹਰ, ਉਹ ਇਹਨਾਂ ਸਾਰੀ ਗੱਲਾਂ ਨੂੰ ਲੈ ਕੇ ਕੀ ਸੋਚਦੇ ਹਨ? ਉਹਨਾਂ ਦੀ ਸੋਚ ਇਹੀ ਹੈਗੀ ਕਿ ਜਦੋਂ ਤੱਕ ਸਿੱਖ ਜਿਹੜੇ ਹੈਗੇ ਆ ਉਹ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੋਣਗੇ ਉਦੋਂ ਤੱਕ ਜਿਹੜਾ ਹੈਗਾ ਦੁਸ਼ਮਣ ਦੇ ਨਾਲ ਟਾਕਰਾ ਲੈਣਾ ਬੜਾ ਮੁਸ਼ਕਿਲ ਹੋਏਗਾ। ਜਿਸ ਤਰੀਕੇ ਦੇ ਨਾਲ ਜੱਥਾ ਸਿੰਘ ਆਹਲੂਵਾਲੀਆ ਜੀ ਨੇ 65 ਜਿਹੜੇ ਛੋਟੇ ਛੋਟੇ ਜਥੇਬੰਦੀਆਂ ਸੀਗੀਆਂ ਉਹਨਾਂ ਨੂੰ ਇਕੱਠਿਆਂ ਕਰਕੇ 11 ਮਿਸਲਾਂ ਬਣਾਈਆਂ ਔਰ ਦਲ ਖਾਲਸਾ ਬਣਾਇਆ ਔਰ ਫਿਰ ਉਸ ਤੋਂ ਬਾਅਦ ਲਾਲ ਕਿਲੇ ਦੇ ਉੱਤੇ ਜਾ ਕੇ ਨਿਸ਼ਾਨ ਸਾਹਿਬ ਲਾਇਆ। ਉਹੀ ਇੱਕ ਤਰੀਕਾ ਹੈਗਾ ਜਿਵੇਂ ਜੱਥਾ ਸਿੰਘ ਆਹਲੂਵਾਲੀਆ ਜੀ ਨੇ ਸਾਰੀ ਕੌਮ ਨੂੰ ਇਕੱਠਿਆ ਕੀਤਾ ਸੀਗਾ। ਉਸੇ ਤਰੀਕੇ ਦੇ ਨਾਲ ਅੱਜ ਲੋੜ ਹੈਗੀ ਆ ਕਿ ਸਾਰੇ ਛੋਟੇ ਛੋਟੇ ਜਿਹੜੇ ਧੜੇ ਬੰਦਿਆਂ 'ਚ ਵੰਡੇ ਹੋਏ ਹੈਗੇ ਸਾਰੇ ਇਕੱਠੇ ਹੋਈਏ, ਕਿਉਂਕਿ ਉਦੋਂ ਅਬਦਾਲੀ ਹਮਲਾ ਕਰਦਾ ਸੀਗਾ ਤੇ ਅੱਜ ਜਿਹੜਾ ਹੈਗਾ ਇਹ ਜਿਹੜਾ ਬਾਹਮਣਵਾਦ ਹੈ ਉਹ ਸਾਡੇ ਉੱਤੇ ਹਮਲਾ ਕਰ ਰਿਹਾ ਤੇ ਉਹਦੇ ਖਿਲਾਫ਼ ਜੇ ਅਸੀਂ ਨਜਿੱਠਣਾ ਤੇ ਸਾਨੂੰ ਸਾਰਿਆਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਹੀ ਪੈਣਾ, ਵਰਨਾ ਇਹ ਜੁੱਤੀਆਂ ਇੱਦਾਂ ਹੀ ਪੈਂਦੀਆਂ ਰਹਿਣ। ਚਲੋ ਮਿਹਰਬਾਨੀ ਤੁਹਾਡੀ ਹਰਮਿੰਦਰ ਆਹਲੂਵਾਲੀਆ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਇਸ ਖ਼ਬਰ ਦੇ ਉੱਤੇ ਸਟੀਕ ਜਾਣਕਾਰੀ ਜਿਹੜੀ ਹੈ ਤੁਸੀਂ ਸਾਡੇ ਦਰਸ਼ਕਾਂ ਨੂੰ ਪਹੁੰਚਾਈ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀਗੇ ਮਾਨਵ ਅਧਿਕਾਰਾਂ ਦੇ ਐਕਟਿਵਿਸਟ ਹਰਮਿੰਦਰ ਸਿੰਘ ਆਹਲੂਵਾਲੀਆ ਦਿੱਲੀ ਤੋਂ, ਜਿਨ੍ਹਾਂ ਨੇ ਇਸ ਖ਼ਬਰ ਦੇ ਉੱਤੇ
ਜਿਹੜੀ ਜਾਣਕਾਰੀ ਹੈ ਉਹ ਸਾਨੂੰ ਦਿੱਤੀ ਔਰ ਦੱਸਿਆ ਕਿ ਆਖਿਰਕਾਰ ਜੇਕਰ ਤੁਹਾਨੂੰ ਭਾਰਤ ਦੇ ਵਿੱਚ ਰਹਿਣਾ ਤਾਂ ਤੁਹਾਨੂੰ ਜੈ ਸ਼੍ਰੀ ਰਾਮ ਬੋਲਣਾ ਹੀ ਪਵੇਗਾ। ਤੁਸੀਂ ਇਸ ਖਬਰ ਨੂੰ ਔਰ ਇਸ ਗੱਲ ਨੂੰ ਕਿਸ ਤਰੀਕੇ ਨਾਲ ਲੈਂਦੇ ਹੋ, ਇਸ ਹੇਠ ਲਿਖੇ ਨੰਬਰ ਦੇ ਉੱਤੇ ਮੈਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com। ਮੈਨੂੰ ਯਾਦ ਆ ਰਿਹਾ ਅਨੰਦਪੁਰ ਸਾਹਿਬ ਦਾ ਉਹ ਮਤਾ, ਜੇਕਰ ਹੋਇਆ ਹੁੰਦਾ ਪਾਸ ਤਾਂ ਨਹੀਂ ਬੋਲਣਾ ਪੈਂਦਾ। ਜੈ ਸ਼੍ਰੀ ਰਾਮ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕਿੰਨੀ ਕੁ ਮਹਿਫੂਜ਼ ਹੈ ਘੱਟ ਗਿਣਤੀ ਭਾਈਚਾਰਾ ਭਾਰਤ ਦੇ ਵਿੱਚ, ਇਸ ਗੱਲ ਦੇ ਉੱਤੇ ਚਾਨਣਾ ਪਾ ਰਹੇ ਹਾਂ ਔਰ ਇਸ ਗੱਲ ਦੇ ਉੱਤੇ ਵੀ ਚਾਨਣਾ ਪਾ ਰਹੇ ਹਾਂ ਕਿ ਆਖਿਰਕਾਰ ਕਿਉਂ ਤੁਹਾਨੂੰ ਬੋਲਣਾ ਪਵੇਗਾ ਜੈ ਸ਼੍ਰੀ ਰਾਮ ਜੇਕਰ ਤੁਸੀਂ ਭਾਰਤ ਦੇ ਵਿੱਚ ਰਹਿਣਾ। ਅਤੇ ਹੁਣ ਓਵਰਸੀਜ਼ ਫਰੈਂਡ ਜਿਹੜੇ ਨੇ ਬੀਜੇਪੀ ਦੇ, ਸਿੱਖਾਂ ਦੇ ਜਿਹੜੇ ਇਸ਼ੂਜ਼ ਨੂੰ ਉਠਾਉਂਦੇ ਹਨ ਇੱਥੋਂ ਦੀ, ਔਰ ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰਸ ਹਨ ਭਾਵੇਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਹੋਣ, ਉਹਨਾਂ ਤੱਕ ਵੀ ਪਹੁੰਚਾਇਆ ਜਾਂਦਾ, ਕਿਉਂਕਿ ਜਿਹੜਾ ਸੇਖ ਭਾਰਤ ਦੇ ਵਿੱਚ ਹੈ ਉਹਦਾ ਹਮੇਸ਼ਾ ਅਸੀਂ ਵੇਖਦੇ ਹਾਂ ਤਾਂ ਸੇਖ ਸਾਨੂੰ ਇੱਥੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਸੱਤ ਸਮੁੰਦਰ ਪਾਰ। ਔਰ ਜਦ ਸਾਡੇ ਭਾਈਚਾਰੇ ਦੀ ਹੁੰਦੀ ਹੈ ਔਰ ਜਦ ਗੱਲ ਸਿੱਖ ਭਾਈਚਾਰੇ ਦੀ ਹੁੰਦੀ ਹੈ ਤਾਂ ਫਿਰ ਕਿੰਨੀ ਕੁ ਮਹਿਫੂਜ਼ ਰਹਿ ਜਾਂਦੀ ਹੈ ਘੱਟ ਗਿਣਤੀ ਭਾਰਤ ਦੇ ਵਿੱਚ, ਔਰ ਉਸ ਨੂੰ ਲੈ ਕੇ ਕਿਸ ਤਰੀਕੇ ਦਾ ਰੋਡ ਮੈਪ ਜਿਹੜਾ ਇੱਥੇ ਜਿਹੜੇ ਸੀਨੀਅਰ ਲੀਡਰ ਹਨ ਬੀਜੇਪੀ ਦੇ ਉਹ ਕਿਸ ਤਰੀਕੇ ਦਾ ਸੁਨੇਹਾ ਉੱਥੇ ਪਹੁੰਚਾ ਰਹੇ ਹਨ ਔਰ ਕਿਸ ਤਰੀਕੇ ਦਾ ਤਕਰਾਰ ਔਰ ਰੋਡ ਮੈਪ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ। ਬਲਜਿੰਦਰ ਸਿੰਘ ਸ਼ੰਮੀ ਮੇਰੇ ਨਾਲ ਮੌਜੂਦ ਹਨ ਮੈਰੀਲੈਂਡ ਸਟੇਟ ਤੋਂ, ਜੋ ਕਿ ਸਿੱਖ ਅਫੇਅਰਸ ਦੇ ਇੰਚਾਰਜ ਹਨ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ ਕਿ ਕਿੰਨਾ ਕੁ ਜ਼ਰੂਰੀ ਹੈ ਜੈ ਸ਼੍ਰੀ ਰਾਮ ਬੋਲਣਾ ਔਰ ਘੱਟ ਗਿਣਤੀ ਕਿੰਨੀ ਕੁ ਮਹਿਫੂਜ਼ ਹੈ। ਬਲਜਿੰਦਰ ਜੀ, ਤੁਹਾਡਾ ਸਵਾਗਤ ਹੈ ਸਾਡੇ ਇਸ ਮੰਚ ਦੇ ਉੱਤੇ। ਕੀ ਹੁਣ ਸਾਨੂੰ ਜੈ ਸ਼੍ਰੀ ਰਾਮ ਕਹਿਣਾ ਪਵੇਗਾ ਜੇ ਅਸੀਂ ਭਾਰਤ ਦੇ ਵਿੱਚ ਰਹਿਣਾ? ਤੁਸੀਂ ਇਸ ਗੱਲ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ? ਦੇਖੋ ਜੀ, ਇਹ ਉਹ ਲੋਕ ਹਨ ਜੋ ਕਿ ਇੰਡੀਪੈਂਡੈਂਟ ਹੈ, ਇਹਨਾਂ ਦਾ ਬੀਜੇਪੀ ਨਾਲ ਕੋਈ ਸੰਬੰਧ ਨਹੀਂ। ਮੋਸਟਲੀ ਆਪੋਜੀਸ਼ਨ ਪਾਰਟੀ ਦੇ ਲੋਕ ਹੈਗੇ ਜੋ ਕਿ ਬੀਜੇਪੀ ਨੂੰ ਬਦਨਾਮ ਕਰਨ ਦੀ ਖਾਤਰ ਇਹ ਗੱਲਾਂ ਉਠਾਉਂਦੇ ਹੈਗੇ ਮਨੋਟੀ, ਤਾਂ ਕਿ ਬੀਜੇਪੀ ਨੂੰ ਬਦਨਾਮ ਕੀਤਾ ਜਾਵੇ। ਬੀਜੇਪੀ ਦਾ ਕੋਈ ਸੰਬੰਧ ਨਹੀਂ। ਆਰਐਸਐਸ ਜਿਹੜੀ ਹੈ ਉਹ, ਤੁਸੀਂ, ਤੁਹਾਡਾ ਕਹਿਣ ਦਾ ਭਾਵ ਹੈ ਜਿਹੜੀ ਉਹ ਸ਼ਾਖਾ ਨਹੀਂ ਹੈਗੀ ਬੀਜੇਪੀ ਦੀ, ਜਾਂ ਫਿਰ ਬੀਜੇਪੀ ਜਿਹੜੀ ਹੈ ਉਹ ਆਰਐਸਐਸ ਦੀ ਸ਼ਾਖਾ ਨਹੀਂ ਹੈਗੀ? ਉਹ ਆਰਐਸਐਸ ਹੈ, ਪਰ ਆਰਐਸਐਸ ਇਹ ਨਹੀਂ ਕਹਿ ਰਹੀ ਵੀ ਤੁਸੀਂ ਫੋਰਸਫੁਲੀ ਜੈ ਸ਼੍ਰੀ ਰਾਮ ਕਹਿਣਾ ਹੈ। ਇਹ ਨਾ ਮੈਂ ਸੁਣਿਆ ਤੇ ਨਾ ਉਹਨਾਂ ਨੇ ਕਿਹਾ ਹੈਗਾ। ਬਟ ਉਹ ਤਾਂ ਕਹਿ ਰਹੇ ਕਿ ਤੁਹਾਡਾ ਸਰਟੀਫਿਕੇਟ, ਤੁਹਾਨੂੰ ਨੈਸ਼ਨੈਲਿਟੀ ਦਾ ਭਾਰਤ ਦੇ, ਤੁਸੀਂ ਤਾਂ ਨਿਵਾਸੀ ਮੰਨੇ ਜਾਓਗੇ ਜੇ ਤੁਸੀਂ ਜੈ ਸ਼੍ਰੀ ਰਾਮ ਨਹੀਂ ਬੋਲੋਗੇ। ਹੁਣੇ ਸਾਡੇ ਨਾਲ ਸੋਸ਼ਲ ਐਕਟਿਵਿਸਟ ਜੁੜੇ ਸੀਗੇ, ਉਹ ਇਹ ਗੱਲ ਕਹਿ ਕੇ ਗਏ ਨੇ, ਉਹਨਾਂ ਨੇ ਜਿਹੜੇ ਜ਼ਮੀਨੀ ਪੱਧਰ ਤੇ ਹਾਲਾਤ ਨੇ ਉਹ ਸਾਨੂੰ ਦੱਸੇ ਨੇ। ਦੇਖੋ ਜੀ, ਜੋ ਸਾਡੀ ਪਾਰਟੀ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਉਹਨਾਂ ਨੇ ਕਦੇ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਉਠਾਇਆ, ਤੇ ਨਾ ਹੀ ਕਦੇ ਅਸੀਂ ਆਰਐਸਐਸ ਵੱਲੋਂ ਇਹ ਫੋਰਸਫੁਲੀ ਕਿਸੇ ਨੂੰ ਕਿਹਾ ਗਿਆ। ਜੋ ਹਾਂ, ਇੰਡੀਪੈਂਡੈਂਟ ਲੋਕ ਹਰ ਜਗ੍ਹਾ ਤੇ ਹੁੰਦੇ ਆ ਜਿਨ੍ਹਾਂ ਦੀ ਮਤਮਾਰੀ ਹੁੰਦੀ ਆ, ਉਹ ਜ਼ਰੂਰ ਕਹਿੰਦੇ ਹੋਣੇ ਹੈਗੇ ਉਹਨਾਂ ਦਾ ਬੀਜੇਪੀ ਨਾਲ ਕੋਈ ਸੰਬੰਧ ਨਹੀਂ ਹੈ ਮੇਰੇ, ਜੋ ਸਾਡੀ ਨੌਲੇਜ ਦੇ ਵਿੱਚ ਹੈ। ਪਰ ਇਹ ਤਾਂ ਉਹੀ ਸੰਗਠਨ ਹੈ ਕਿ ਜੋ ਕਿ ਸਿੱਧਾ ਸਿੱਧਾ ਬੀਜੇਪੀ ਨੂੰ ਸਪੋਰਟ ਕਰਦਾ। ਮੈਂ ਭਾਵੇਂ ਬਜਰੰਗ ਦਲ ਦੀ ਗੱਲ ਕਰਾਂ, ਭਾਵੇਂ ਮੈਂ ਸ਼ਿਵ ਸੈਨਾ ਦੀ ਗੱਲ ਕਰਾਂ, ਭਾਵੇਂ ਮੈਂ ਜਿਹੜੇ ਹੋਰ ਹਿੰਦੂ ਸੰਗਠਨ ਹਨ ਉਹ ਸਿੱਧੇ ਸਿੱਧੇ ਬੀਜੇਪੀ ਨੂੰ ਹਿਮਾਇਤ ਕਰਦੇ ਹਨ, ਉਹਨਾਂ ਦੇ ਵਿੱਚੋਂ ਕਈ ਬੀਜੇਪੀ ਦੇ ਸੀਨੀਅਰ ਲੀਡਰਸ ਵੀ ਹਨ। ਜੇਕਰ ਮੈਂ ਤੁਹਾਡੇ ਯੂਪੀ ਦੇ ਸੀਐਮ ਦੀ ਗੱਲ ਕਰ ਲਵਾਂ, ਉਹ ਤਾਂ ਸਾਫ਼ ਕਹਿੰਦੇ ਹਨ ਕਿ ਹਾਂ, ਮੈਂ ਮੁਸਲਮਾਨਾਂ ਦੇ ਹੱਕ ਦੇ ਵਿੱਚ ਕਦੀ ਨਹੀਂ ਬੋਲਾਂਗਾ। ਮੌਬ ਲਿੰਚਿੰਗ ਨੂੰ ਲੈ ਕੇ ਕਦੀ ਉਹਨਾਂ ਨੇ ਕੋਈ ਵੱਡਾ ਬਿਆਨ ਨਹੀਂ ਦਿੱਤਾ ਕਿ ਹਾਂ, ਮੌਬ ਲਿੰਚਿੰਗ ਗਲਤ ਹੈ ਭਾਰਤ ਦੇ ਵਿੱਚ ਜਿਹੜੀ ਹੋ ਰਹੀ ਹੈ। ਸੋ ਕਿੱਥੇ ਸਟੈਂਡ ਕਰਦੀ ਹੈ ਬੀਜੇਪੀ? ਸਿਆਸੀ ਪੰਡਤਾਂ ਨੇ ਇਹ ਤੱਕ ਵੀ ਕਹਿਤਾ ਸੀਗਾ ਕਿ ਜੇ ਮੁੜ ਤੋਂ ਪ੍ਰਧਾਨ ਮੰਤਰੀ ਮੋਦੀ ਆ ਗਏ ਤਾਂ ਹਿੰਦੂ ਰਾਸ਼ਟਰ ਏਜੰਡਾ ਜਿਹੜਾ ਉਹਨਾਂ ਦਾ ਇੱਕ ਸੁਪਨਾ ਹੈਗਾ ਉਹਨੂੰ ਉਹ ਜ਼ਰੂਰ ਪੂਰਾ ਕਰਨਗੇ। ਕਿਉਂ ਦਬੀ ਦਬੀ ਦਬਾਨ ਦੇ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਬੋਲਦੇ ਹਨ? ਕਿਉਂ ਨਹੀਂ ਖੁੱਲ੍ਹ ਕੇ ਸਾਹਮਣੇ ਆਉਂਦੇ? ਕਿਉਂ ਨਹੀਂ ਕਹਿੰਦੇ ਕਿ ਹਾਂ, ਮੈਂ ਇਸ ਗੱਲ ਦੇ ਖਿਲਾਫ ਹਾਂ? ਦੇਖੋ ਜੀ, ਮੋਦੀ ਜੀ ਨੇ ਪਿਛਲੇ ਹੀ ਕੁਛ ਕੁ ਮਹੀਨੇ ਪਹਿਲਾਂ ਆਪਣੇ ਸਾਰੇ ਲੀਡਰਸ ਨੂੰ ਇਹ ਕਿਹਾ ਹੈਗਾ, ਤੁਸੀਂ ਉਹਨਾਂ ਦਾ ਨਿਊਜ਼ ਪੇਪਰ ਦੇ ਵਿੱਚ ਪੜ੍ਹਿਆ ਵੀ ਹੋਏਗਾ, ਸਾਰੇ ਲੀਡਰਸ ਨੂੰ ਕਿਹਾ ਕਿ ਆਪੋਜੀਸ਼ਨ ਨੇ ਮਨੋਰਟੀ ਦੇ ਮਨਾਂ ਵਿੱਚ ਜੋ ਡਰ ਭੁਲੇਖਾ ਪਾਇਆ, ਡਰ ਦਾ ਭੁਲੇਖਾ ਪਾਇਆ, ਉਹਨਾਂ ਨੂੰ ਕਲੀਅਰ ਕਰੋ। ਤੇ ਆਪਣੇ ਲੀਡਰਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਵੀ ਇਹ ਆਪੋਜੀਸ਼ਨ ਨੇ ਡਰ ਪਾਇਆ ਹੋਏਗਾ ਮਨੋਰਟੀਸ ਬਾਰੇ। ਨਾਲੇ ਮੋਦੀ ਜੀ ਦਾ ਤੁਸੀਂ ਨਵਾਂ ਸਲੋਗਨ ਸੁਣਿਆ ਹੋਏਗਾ, ਸਭ ਕਾ ਸਾਥ ਸਭ ਕਾ ਵਿਕਾਸ ਸਭ ਕਾ ਵਿਸ਼ਵਾਸ, ਵੀ ਸਾਰਿਆਂ ਨੂੰ ਵਿਸ਼ਵਾਸ ਦੇ ਨਾਲ ਲੈ ਕੇ ਜਾਣਾ ਹੈ, ਭਾਵੇਂ ਉਹ ਮੁਸਲਿਮਸ ਹੈ। ਬਲਜਿੰਦਰ ਜੀ, ਕਥਨੀ ਤੇ ਕਰਨੀ ਦੇ ਵਿੱਚ ਵੀ ਫਰਕ ਹੁੰਦਾ ਹੈ, ਇੱਕ ਕਹਿ ਦੇਣਾ ਔਰ ਇੱਕ ਕਰਕੇ ਵਿਖਾਉਣਾ, ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਲੇਕਿਨ ਉਹ ਜਿਹੜਾ ਜ਼ਮੀਨੀ ਪੱਧਰ ਤੇ ਵੇਖਣ ਨੂੰ ਤਾਂ ਨਹੀਂ ਮਿਲ ਰਿਹਾ। ਅੱਜ ਹਾਲਾਤ ਜਿਹੜੇ ਭਾਰਤ ਦੇ ਬਣੇ ਹੋਏ ਹਨ ਔਰ ਦੇਸ਼ ਦੀ ਰਾਜਧਾਨੀ ਦੇ ਬਣੇ ਹੋਏ ਹਨ, ਸਿੱਖ ਆਪਣੇ ਆਪ ਨੂੰ ਮਹਿਫੂਜ਼ ਹੀ ਨਹੀਂ ਸਮਝ ਰਹੇ ਉੱਥੇ, ਔਰ
ਸੀਨੀਅਰ ਲੀਡਰ ਜਿਹੜੇ ਕਹਿੰਦੇ ਨੇ ਕਈ ਸਾਰੇ ਜਿਹੜੇ ਹਨ ਉਹ ਵੀ ਇਹ ਕਹਿ ਚੁੱਕੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਹਜੇ ਤੱਕ ਉਹ ਕੌਨਫੀਡੈਂਸ ਲੈਵਲ ਪੈਦਾ ਨਹੀਂ ਕਰ ਪਾਏ। ਅੱਜ 6 ਸਾਲ ਹੋ ਗਏ, 2014 ਤੋਂ ਸਰਕਾਰ ਬਣੀ ਹੋਈ ਹੈ, ਹੋਂਦ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਦੇ ਨਾਲ ਅਲਾਇੰਸ ਹੈ, ਔਰ ਜੇਕਰ ਤੁਸੀਂ ਮੰਨਦੇ ਹੋ ਕਿ ਬੀਜੇਪੀ ਜਿਹੜੀ ਹੈ ਉਹ ਸਿੱਖਾਂ ਦੇ ਹੱਕ ਦੇ ਵਿੱਚ ਹੈ, ਫਿਰ ਸੰਸ਼ੋਧਨ ਕਰਾ ਦਿੰਦੇ ਆਰਟੀਕਲ 25B ਦੇ ਵਿੱਚ ਔਰ ਸਿੱਖਾਂ ਨੂੰ ਕਹਿ ਦਿੰਦੇ ਕਿ ਤੁਸੀਂ ਇੱਕ ਡਿਫਰੈਂਟ ਰਿਲੀਜਨ ਹੋ, ਤੁਸੀਂ ਇੱਕ ਡਿਫਰੈਂਟ ਆਈਡੈਂਟੀ ਹੋ। ਅੱਜ ਵੀ ਉਹ ਬੜੇ ਹਿੱਕ ਦੀ ਜ਼ੋਰ ਨਾਲ ਕਹਿੰਦੇ ਹਨ ਕਿ ਤੁਸੀਂ ਵੀ ਹਿੰਦੂਆਂ ਦਾ ਪਾਰਟ ਹੋ ਔਰ ਜਿਹੜੀ ਸਿੱਖ ਕੌਮ ਹੈ ਉਹ ਹਿੰਦੂਆਂ ਤੋਂ ਹੀ ਨਿਕਲੀ ਹੈ, ਤੁਸੀਂ ਇਸ ਗੱਲ ਨੂੰ ਕਿਸ ਤਰੀਕੇ ਨਾਲ ਲੈਂਦੇ ਹੋ? ਦੇਖੋ ਜੀ, ਸਿੱਖਾਂ ਬਾਰੇ ਅਸੀਂ ਜਦੋਂ ਮੋਦੀ ਜੀ ਪਹਿਲੇ ਵਾਰੀ ਪ੍ਰਾਈਮ ਮਿਨਿਸਟਰ ਬਣੇ ਸੀ, 84 'ਚ ਸਾਡਾ ਸਿੱਖ ਵਫਦ ਉਹਨਾਂ ਨੂੰ ਮਿਲਿਆ ਸੀਗਾ ਨਿਊਯਾਰਕ ਦੇ ਵਿੱਚ। ਉਹਨਾਂ ਨੂੰ ਅਸੀਂ ਮੈਮੋਰੈਂਡਮ ਦਿੱਤੇ ਸੀ ਜਿਸ ਵਿੱਚ ਅਸੀਂ ਕੁਛ ਕੁ ਮੰਗਾਂ ਦਿੱਤੀਆਂ ਸੀ ਉਹਨਾਂ ਨੂੰ, ਜਿਸ ਤਰ੍ਹਾਂ ਕਿ 84 ਦਾ ਜੋ ਜੈਨੋਸਾਈਡ ਹੋਇਆ ਸੀ ਉਸ 'ਤੇ ਸਾਨੂੰ ਜਸਟਿਸ ਦਿਲਾਇਆ ਜਾਵੇ, ਕਿਉਂਕਿ ਕਾਂਗਰਸ ਗੌਰਮੈਂਟ ਨੇ ਪਿਛਲੇ 30 ਸਾਲਾਂ ਤੋਂ ਕੁਛ ਨਹੀਂ ਕੀਤਾ। ਇੱਕ ਸਾਡੀ ਮੰਗ ਸੀ ਕਾਲੀ ਸੂਚੀ ਖਤਮ ਕੀਤੀ ਜਾਵੇ। ਤੀਸਰੀ ਮੰਗ ਸੀ ਜਿਹੜੇ ਅਸਾਈਲੀ ਇੱਥੇ ਆਏ ਹੈਗੇ ਉਹਨਾਂ ਨੂੰ ਜਦੋਂ ਵਾਪਸ ਜਾਣਾ ਪੈਂਦਾ ਸੀ ਇੰਡੀਆ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ, ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਂਦਾ ਸੀਗਾ। ਦੇਖੋ ਉਹਨਾਂ ਨੇ ਇੱਕ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਵੀ ਅਰੀ ਅਸੀਂ ਨਵੀਂ ਸਿੱਟ ਬਣਾਵਾਂਗੇ, ਤੇ ਉਹ ਨਵੇਂ ਜਿਹੜੇ ਪੁਰਾਣੇ ਕਾਂਗਰਸ ਨੇ ਕੇਸਿਸ ਬੰਦ ਕੀਤੇ ਹੋਏ ਸੀਗੇ ਉਹਨਾਂ ਨੂੰ ਖੁਲਵਾਵਾਂਗੇ ਤੇ ਕੇਸ ਚਲਾ ਕੇ ਉਹਨਾਂ ਨੂੰ ਅੰਦਰ ਕਰਾਂਗੇ। ਤੇ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ, 6-8 ਮਹੀਨੇ ਪਹਿਲਾਂ ਸੱਜਣ ਕੁਮਾਰ ਨੂੰ ਅੰਦਰ ਕੀਤਾ, ਉਹਦੇ ਨਾਲ 5-6 ਬੰਦੇ ਹੋਰ ਵੀ ਸੀ, ਉਹਨਾਂ ਤੇ ਉਹਨਾਂ ਨੂੰ ਵੀ ਉਮਰ ਕੈਦ ਸਜ਼ਾ ਦਿੱਤੀ ਹੈ। ਇੱਕ ਪਾਸੇ ਅੰਦਰ ਹੁੰਦੇ, ਦੂਜੇ ਪਾਸੇ ਜ਼ਮਾਨਤ ਮਿਲ ਜਾਂਦੀ ਹੈ? ਨਹੀਂ, ਸੱਜਣ ਕੁਮਾਰ ਨੂੰ ਅਜੇ ਨਹੀਂ ਮਿਲੀ ਜ਼ਮਾਨਤ, ਉਹ ਦੇਖ ਲਓ ਅੰਦਰ ਹੈ ਉਸ ਦਿਨ ਦਾ। ਅਸੀਂ ਤਾਂ ਚਾਹੁੰਦੇ ਸੀ ਭਾਵੇਂ ਉਹਨਾਂ ਨੂੰ 3-4 ਮਹੀਨੇ ਸਜ਼ਾ ਦਿੱਤੀ ਜਾਵੇ ਤਾਂ ਕਿ ਸਾਡਾ ਸਿੱਖਾਂ ਦਾ ਕਲੇਜਾ ਠੰਡਾ ਪਵੇ, ਪਰ ਉਹ ਦੇਖ ਲਓ ਅਜੇ ਤੱਕ ਜੇਲ੍ਹ 'ਚ ਹੈ ਤੇ ਜੇਲ੍ਹ 'ਚ ਹੀ ਰਹੇਗਾ। ਤੇ ਦੂਸਰੀ ਕਾਲੀ ਸੂਚੀ ਦਾ ਸੀ, ਉਹਨਾਂ ਨੂੰ ਕਿਹਾ ਸੀ ਦੇਖੋ ਉਹਨਾਂ ਨੇ ਉਹ ਖਤਮ ਕਰਤੀ, ਸਿਰਫ 15 ਬੰਦੇ ਰਹਿ ਗਏ, 15 ਨੇਮ ਕਾਲੀ ਸੂਚੀ 'ਚ, ਦੈਟਸ ਆਲ, ਬਾਕੀ ਜਿਹੜੇ 2 ਜਾਂ 250 ਸੀ ਉਹ ਪੂਰੀ ਖਤਮ ਕਰਤੀ। ਹੁਣ ਤੁਸੀਂ ਇਹ 3 ਕੁ ਮਹੀਨੇ ਪਹਿਲਾਂ ਮਈ ਦੇ ਵਿੱਚ ਸੁਣਿਆ ਸੀ ਉਹਨਾਂ ਨੇ ਸਾਰੀਆਂ ਅੰਬੈਸੀਜ਼ ਨੂੰ ਹਦਾਇਤ ਕੀਤੀਆਂ ਹੈ, ਪਹਿਲਾਂ ਅਸਾਈਲੀਜ਼ ਨੇ ਜਿਹਨਾਂ ਇੱਥੇ ਰਹਿ ਰਹੇ ਸੀ ਅਸਾਈਲੀਜ਼ ਦਾ ਵੀਜ਼ਾ ਲਿਆ ਸੀ, ਉਹਨਾਂ ਨੂੰ ਇੰਡੀਆ ਦਾ ਵੀਜ਼ਾ ਨਹੀਂ ਸੀ ਮਿਲਦਾ, ਸਾਰੀਆਂ ਅੰਬੈਸੀਜ਼ ਨੂੰ ਉਹਨਾਂ ਨੇ ਹਦਾਇਤ ਦਿੱਤੀ ਹੈ ਵੀ ਲੋਕਲ ਜਿਹੜੀ ਤੁਹਾਡੀ ਕੋਈ ਲਿਸਟ ਬਣੀ ਹੈ ਬਲੈਕ ਲਿਸਟ, ਉਹਨਾਂ ਨੂੰ ਤੁਸੀਂ ਖਤਮ ਕਰੋ ਤੇ ਸਾਰਿਆਂ ਨੂੰ ਵੀਜ਼ੇ ਦਿਓ। ਦੇਖੋ ਸਾਡੀਆਂ ਮੰਗਾਂ ਕਾਫੀ ਮੰਨੀਆਂ, ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਸਿੱਖਾਂ ਦੇ ਨਾਲ ਉਹ ਵਿਤਕਰਾ ਕਰ ਰਹੇ ਹੈਗੇ। ਹੁਣ ਦੇਖੋ ਕਰਤਾਰਪੁਰ ਸਾਹਿਬ ਜੀ ਦਾ ਲੰਘ ਹੈਗਾ, ਉਹਨਾਂ ਨੇ ਮੋਦੀ ਜੀ ਦਾ ਪੂਰਾ ਹੱਥ ਹੈ, ਉਹਨਾਂ ਨੇ ਅਪਰੂਵ ਕੀਤਾ ਹੈ ਵੀ ਇਹ ਖੋਲਿਆ ਜਾਵੇ। ਦੇਖੋ ਸਾਡੇ ਮਨ ਨੂੰ ਠੰਡ ਮਿਲੀ ਹੈਗੀ, ਸਾਡੇ ਤਾਂ ਨਾਲ ਹੈ ਉਹ, ਠੀਕ ਹੈ, ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮਿਨੋਰਟੀਜ਼ ਦੇ ਨਾਲ ਵਿਤਕਰਾ ਹੋ ਰਹੇ ਹੈ, ਸਾਡੇ ਨਾਲ ਨਹੀਂ ਹੈਗੇ। ਹੁਣ ਦੂਸਰੀ ਗੱਲ, ਆਲ ਓਵਰ ਦਾ ਵਰਲਡ ਇੰਡੀਅਨ ਅੰਬੈਸੀਜ ਨੂੰ ਹਦਾਇਤ ਦਿੱਤੀ ਗਈ ਹੈ ਮੋਦੀ ਗੌਰਮੈਂਟ ਨੇ ਵੀ ਗੁਰੂ ਨਾਨਕ ਦੇਵ ਜੀ ਦਾ 550 ਜਿਹੜਾ ਜਨਮ ਦਿਹਾੜਾ ਹੈ ਉਹ ਮਨਾਇਆ ਜਾਵੇ, ਹਰ ਅੰਬੈਸੀ ਹਰ ਸ਼ਹਿਰ ਦੇ ਵਿੱਚ ਇੱਥੇ ਆਲ ਓਵਰ ਦਾ। ਫਿਰ ਮੋਦੀ ਜੀ ਥੋੜਾ ਜਿਹਾ ਬਜਟ ਹੀ ਪਾਸ ਕਰ ਦਿੰਦੇ, 550 ਕਰੋੜ ਨਹੀਂ, ਮੈਂ ਕਹਿੰਦਾ ਇੱਕ ਜ਼ੀਰੋ ਪਿੱਛੋਂ ਤੋਂ ਹਟਾ ਦਿਓ, 55 ਕਰੋੜ ਹੀ ਕਰ ਦਿੰਦੇ। ਚਲੋ ਅਸੀਂ ਮੋਦੀ ਜੀ ਇੱਥੇ ਅਮੈਰੀਕਾ ਸਪਤੰਬਰ ਦੇ ਵਿੱਚ ਆ ਰਿਹਾ, ਸਾਡੀਆਂ ਹੋਰ ਵੀ ਜਿਹੜੀਆਂ ਮੰਗਾਂ ਜਿਵੇਂ ਤੁਸੀਂ 25-20 ਬਾਰੇ ਕਿਹਾ, ਵੈਸੇ ਇਸ ਕੌਮ ਨੇ ਕਦੀ ਮੰਗਿਆ ਨਹੀਂ, ਤੁਹਾਨੂੰ ਪਤਾ ਅਸੀਂ ਕਦੀ ਮੰਗਿਆ ਨਹੀਂ, ਲੇਕਿਨ ਜਦੋਂ ਕਹਿੰਦੇ ਹਨ ਕਿ ਅਸੀਂ ਸਿੱਖਾਂ ਦੇ ਨਾਲ ਖੜੇ ਹਾਂ ਅਤੇ ਮਾਨਵਤਾ ਦਾ ਪਾਠ ਪੜਾਉਣ ਵਾਲੇ ਪਹਿਲੀ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਅਗਰ ਉਹ ਇੰਨੇ ਹੀ ਵਚਨਬੰਧ ਹਨ ਸਿੱਖਾਂ ਨੂੰ ਲੈ ਕੇ ਤਾਂ ਘੱਟੋ ਘੱਟ ਕੁਛ ਤਾਂ ਪਾਸ ਕਰਦੇ ਬਜਟ। ਦੇਖੋ ਜੋ ਉਹਨਾਂ ਨੇ ਹਦਾਇਤਾਂ ਦਿੱਤੀਆਂ ਵੀ 550 ਦਿਨ ਸਾਰੇ ਵਰਲਡ ਦੇ ਵਿੱਚ ਬਣਾਇਆ ਜਾਵੇ, ਉੱਥੇ ਵੀ ਕਰੋੜਾਂ ਰੁਪਏ ਖਰਚ ਹੋਣੇ ਹੀ ਹੈਗੇ, ਉੱਥੇ ਵੀ ਖਰਚ ਹੋਣਾ ਹੈਗਾ, ਤੇ ਜਦੋਂ ਆਣਗੇ ਅਸੀਂ ਹੋਰ ਵੀ ਮੰਗਾਂ ਜਿਹੜੀਆਂ ਚਲੋ ਰੱਖਾਂਗੇ। ਤੁਹਾਡਾ ਕਹਿਣਾ ਭਾਵ ਹੈ ਕਿ ਜਿਹੜੀ ਆਰਐਸਐਸ ਹੈ ਉਹ ਦਖਲ ਅੰਦਾਜ਼ੀ ਨਹੀਂ ਕਰ ਰਹੀ? ਵੀ ਸਾਡੇ ਦੇ ਵਿੱਚ ਸਪੈਸ਼ਲੀ ਤੁਸੀਂ ਮੋਦੀ ਜੀ ਦਾ ਕਦੇ ਬਿਆਨ ਸੁਣਿਆ? ਹਰ ਵਾਰੀ ਉਹ ਕੰਡੈਮ ਕੀਤਾ ਜਦੋਂ ਵੀ ਕਿਤੇ ਅਟੈਕ ਹੋਇਆ ਕਿਸੇ ਮਿਨੋਰਟੀ ਤੇ, ਭਾਵੇਂ ਕਿ ਉਹ ਕੋਈ ਇੰਡੀਪੈਂਡੈਂਟ ਲੋਕ ਹੈ ਇਹ ਕਰ ਰਹੇ ਜਾਂ ਆਪੋਜੀਸ਼ਨ ਕਰਵਾ ਰਹੀ ਹੈ, ਪਰ ਉਹਨਾਂ ਨੇ ਕੰਡੈਮ ਕੀਤਾ ਇਸ ਨੂੰ ਵੀ ਮਿਨੋਰਟੀ, ਤਾਂ ਹੀ ਉਹਨਾਂ ਨੇ ਨਵਾਂ ਸਲੋਗਨ ਦਿੱਤਾ ਸੀ ਸਬਕਾ ਵਿਸ਼ਵਾਸ, ਸਾਰਿਆਂ ਦਾ ਵਿਸ਼ਵਾਸ ਲੈ ਕੇ ਚੱਲਣਾ ਮੇਰੀ ਗੌਰਮੈਂਟ ਨੇ। ਚਲੋ ਤੇ ਤੁਹਾਡਾ ਕਹਿਣ ਦਾ ਭਾਵ ਹੈ ਕਿ ਜੈ ਸ਼੍ਰੀ ਰਾਮ ਜਿਹੜਾ ਉਹ ਨਹੀਂ ਬੋਲਣਾ ਪਵੇਗਾ? ਨਾ, ਆਪ ਮੋਦੀ ਗੌਰਮੈਂਟ ਜੀ ਨੇ ਕਦੇ ਨਹੀਂ ਕਿਹਾ ਇਹ ਫੋਰਸਫੁਲੀ। ਹਾਂ, ਆਪੋਜੀਸ਼ਨ ਜੋ ਟਰਾਈ ਕਰ ਰਹੀ ਜਾਂ ਇੰਡੀਪੈਂਡੈਂਟ ਲੋਕ ਕਹਿੰਦੇ ਹੋ ਉਹਨਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ, ਜਿਸ ਤਰ੍ਹਾਂ ਕਿ ਤੁਸੀਂ ਅਮਰੀਕਾ ਦੇ ਵਿੱਚ ਕਈ ਵਾਰੀ ਮਿਨੋਰਟੀਜ਼ ਦੇ ਅਟੈਕ ਹੋਏ ਹੈਗੇ, ਪਰ ਉਸ ਦੇ ਵਿੱਚ ਕਦੇ ਵੀ ਕੋਈ ਗੌਰਮੈਂਟ ਦਾ ਦਖਲ ਅੰਦਾਜ਼ੀ ਦੀ ਗੌਰਮੈਂਟ ਇਨਵੋਲਵ ਨਹੀਂ ਸੀ, ਉਹ ਇੰਡੀਪੈਂਡੈਂਟ ਹੈ। ਚਲੋ ਮਿਹਰਬਾਨੀ, ਹੁਣ ਸਾਡੀ ਜਿਹੜੀ ਜਨਤਾ ਹੈ
ਉਹ ਬਹੁਤ ਇੰਟੈਲੀਜੈਂਟ ਹੈ। ਉਹ ਹੁਣ ਦੇਖਦੇ ਹਾਂ ਤੁਹਾਡੇ ਅੱਜ ਦੇ ਇਸ ਮਸਲੇ ਦੇ ਉੱਤੇ ਕੀ ਵਿਚਾਰ ਬਣਾਉਂਦੇ ਹਨ, ਕਿਹੜੇ ਵਿਚਾਰ ਸਾਡੇ ਨਾਲ ਇਸ ਮੰਚ ਦੇ ਉੱਤੇ ਉਹ ਰੱਖਦੇ ਵੀ ਹਨ। ਬਹੁਤ ਬਹੁਤ ਮਿਹਰਬਾਨੀ ਬਲਜਿੰਦਰ ਸਿੰਘ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਆਪਣੇ ਜਿਹੜੇ ਵਿਚਾਰ ਨੇ ਇਸ ਮੁਤਲਕ ਸਾਡੇ ਨਾਲ ਇਸ ਮੰਚ ਦੇ ਉੱਤੇ ਰੱਖੇ। ਅਤੇ ਹੁਣ ਸਮਾਂ ਜੀ ਇੱਕ ਨਿੱਕੇ ਜਿਹੇ ਵਕਫੇ ਦਾ, ਲੇਕਿਨ ਵਕਫੇ ਤੋਂ ਬਾਅਦ ਆਵਾਂਗਾ, ਲਵਾਂਗਾ ਤੁਹਾਡੇ ਫੋਨ ਕਾਲਸ ਔਰ ਰੱਖਾਂਗੇ ਇਸ ਮੰਚ ਦੇ ਉੱਤੇ ਤੁਹਾਡੇ ਵਿਚਾਰ। ਅਤੇ ਹੁਣ ਸਮਾਂ ਜੀ ਤੁਹਾਡੇ ਫੋਨ ਕਾਲਸ ਦਾ, ਮੈਂ ਚਾਹੁੰਦਾ ਕਿ ਤੁਸੀਂ ਕਾਲ ਕਰਕੇ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕਰੋ, ਜਾਂ ਫਿਰ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ ਲੈਂਦੇ ਹਾਂ ਤੁਹਾਡੀ ਫੋਨ ਕਾਲਸ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਨਿਊ ਜਾਬ ਤੋਂ ਦਲਵੀਰ ਰਾਮ ਬੋਲਦਾ। ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕਹਿਣ ਦਾ ਮਕਸਦ ਇਹ ਆ, ਜਿੰਨੇ ਵੀ ਮਤਲਬ ਆ ਧਰਮੀ ਆ ਜਾਂ ਸਿੱਖ ਆ ਜਾਂ ਜਿੰਨੇ ਵੀ ਜੱਟ ਜਾਂ ਜ਼ਿਮੀਂਦਾਰ ਆ ਜੀ, ਇਹਨਾਂ ਤੇ ਕਿਉਂ ਅਤਿਆਚਾਰ ਹੋਈ ਤੇ ਸਾਰੇ ਇਕੱਠੇ ਹੋ ਜਾਣ? ਹਿੰਦੂ ਦਾ ਇੱਕ ਪਾਵਨ ਪਕਸ਼ ਵੀ ਨੀ ਹੈਗਾ? ਹਿੰਦੂਆਂ ਦੇ ਵਿੱਚ ਕੀ ਆ? ਮੈਂ ਚਾਹਾਂਗਾ ਤੁਸੀਂ ਆਪਣੇ ਟੀਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰੋ, ਫਿਰ ਤੁਸੀਂ ਆਪਣੇ ਜਿਹੜੇ ਵਿਚਾਰ ਉਹ ਸਾਡੇ ਨਾਲ ਰੱਖੋ। ਮੈਂ ਰਿਕੁਐਸਟ ਕਰਾਂਗਾ ਕਿ ਤੁਸੀਂ ਟੀਵੀ ਸੈੱਟ ਦੀ ਵੋਲਿਊਮ ਨੂੰ ਘੱਟ ਕਰੋ, ਮੁੜ ਤੋਂ ਸਾਨੂੰ ਫੋਨ ਕਰੋ, ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦਾ ਵੀ ਸਮਾਂ ਜਿਹੜਾ ਬਹੁਤ ਕੀਮਤੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜਿਹੜੇ ਦਿੱਲੀ ਦੇ ਵਿੱਚ ਰਹਿ ਕੇ ਵੀ ਆਪਣੇ ਹੱਕ ਤੇ ਸੱਚ ਤੇ ਅਣਖ ਦੀ ਗੱਲ ਕਰਨ ਦੀ ਯੁਰਤ ਰੱਖਦੇ ਆ ਜੀ। ਦੂਸਰਾ, ਦਸ਼ਮੇਸ਼ ਤੇ ਸਾਨੂੰ ਹੁਕਮ ਆ, ਉਸ ਹੁਕਮ ਨੂੰ ਇੰਪਲੀਮੈਂਟ ਕੀਤਾ। ਪਿੰਡਾਂ ਸਿੰਘ ਹਥਿਆਰ ਰੱਖੋ ਜੀ, 84 ਦਾ ਤੁਹਾਨੂੰ ਹਰ ਦਿਨ ਹਰ ਰਾਤ ਧਮਕੀ ਦਿੱਤੀ ਜਾਂਦੀ ਆ ਕਿ ਅਸੀਂ 84 ਦਰਾਵਾਂਗੇ, ਔਰ ਉਹ ਦਰਾ ਰਹੇ ਹਨ। ਇਹਦਾ ਇੱਕੋ ਹੀ ਹਾਲ ਆ ਕਿ ਸਿੰਘੋ ਹਥਿਆਰ ਰੱਖੋ ਜੀ। ਤੁਹਾਡੇ ਚੈਨਲ ਥਰੂ ਇਹੀ ਮੈਂ ਮੈਸੇਜ ਦੇਣਾ, ਪਰ ਸਿੱਖ ਭਰਾਵਾਂ ਦੇਣਾ ਚਾਹੁੰਦਾ ਵਾਂ ਦਿੱਲੀ ਔਰ ਬਾਕੀ ਸ਼ਹਿਰਾਂ ਦੇ ਵਿੱਚ, ਉਹ ਸਿੱਖੋ ਹੁਣ ਤੇ ਸੁਣ ਲਓ ਜੋ ਸੰਤ ਭਿੰਡਰਾਂ ਨੇ ਕਿਹਾ, ਕਦਮ ਸਿੰਘੋ ਹਥਿਆਰ ਰੱਖੋ, ਹਥਿਆਰ ਤੋਂ ਬਗੈਰ ਸਿੱਖ ਖੁਸਰਾ। ਮਿਹਰਬਾਨੀ ਤੁਹਾਡੀ, ਮਿਹਰਬਾਨੀ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦੇ ਵੀ ਵਿਚਾਰ ਆਪਾਂ ਸੁਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਆਲੂਵਾਲੀਆ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਢਿੱਲੋਂ ਬੋਲ ਰਿਹਾ ਜੀ, ਬੋਸਟਨ ਤੋਂ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਕੀ ਵਿਚਾਰ ਰੱਖਣਾ ਚਾਹੋਗੇ? ਪਹਿਲੀ ਗੱਲ ਤਾਂ ਤੁਹਾਡਾ ਜਿਹੜਾ ਤੁਸੀਂ ਮੁੱਦਾ ਨਾ ਬਹੁਤ ਗਲਤ ਮੁੱਦਾ ਲੈ ਕੇ ਆਏ ਹੋ ਜੀ। ਤੁਸੀਂ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਹੋ ਜੀ। ਮਸਾਂ ਮਸਾਂ ਲੋਕੀ ਗਰੀਬੀ ਜਾ ਕੇ ਤੇ ਇੱਥੇ ਬੈਠੇ ਆ, ਸੁੱਖ ਦੀ ਰੋਟੀ ਖਾਣ ਲੱਗੇ ਆ, ਇਹੋ ਜਿਹਾ ਮੁੱਦਾ ਨਹੀਂ ਲਿਆਈਦਾ ਤੇ ਨਾ ਭੜਕਾਉਣ ਦੀ ਕੋਸ਼ਿਸ਼ ਕਰੀਦੀ ਆ। ਅਸੀਂ ਕੀ ਚੀਜ਼ ਭੜਕਾਈ? ਅਸੀਂ ਤੇ ਦੋਨੋਂ ਤੱਤ ਤੁਹਾਡੇ ਸਾਹਮਣੇ ਰੱਖੇ, ਬੀਜੇਪੀ ਦੀ ਵੀ ਗੱਲ ਲੈ ਕੇ ਆਏ ਤੇ ਜਿਹੜੇ ਉੱਥੇ ਆਪਣੇ ਆਪ ਨੂੰ ਅਨਸੇਫ ਸਮਝ ਰਹੇ ਹਨ ਉਹਨਾਂ ਨੂੰ ਵੀ ਸਾਹਮਣੇ ਲੈ ਕੇ ਆਏ। ਇਹੋ ਜਿਹੇ ਗੱਲਾਂ ਅਸੀਂ ਦੋਨੋਂ ਦੋਨੋਂ ਤੱਥਾਂ ਨੂੰ ਤੁਹਾਡੇ ਸਾਹਮਣੇ ਰੱਖੇ ਆ, ਇਹਦੇ ਵਿੱਚ ਕਿੱਥੇ ਭੜਕਾਉਣ ਦਾ ਤੁਹਾਨੂੰ ਲੱਗਦਾ ਕਿ ਅਸੀਂ ਗੱਲ ਕਹੀਏ? ਕੋਈ ਗੱਲ ਨਹੀਂ ਹੁੰਦਾ, ਤੁਸੀਂ ਸਿਰਫ ਆਪਣਾ ਟਾਈਮ ਪਾਸ, ਤੁਸੀਂ ਆਪਣੇ ਵਿਚਾਰ ਦੱਸੋ, ਤੁਹਾਡੇ ਕੀ ਵਿਚਾਰ ਨੇ? ਵਿਚਾਰ ਵੀ ਤੁਸੀਂ ਗਲਤ, ਤੁਸੀਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਉਹ ਬਿਲਕੁਲ ਠੀਕ ਨੇ ਉੱਥੇ ਔਰ ਆਪਣੇ ਆਪ ਨੂੰ ਮਹਿਫੂਜ਼ ਆ ਉੱਥੇ ਫੀਲ ਕਰ ਪਾ ਰਹੇ ਨੇ? ਜੇਕਰ ਨਹੀਂ ਤੇ ਅਸੀਂ ਜ਼ਰੂਰ ਉਹਨਾਂ ਦੇ ਵੀ ਵਿਚਾਰ ਸੁਣਨਾ ਚਾਹਾਂਗੇ। ਅਸੀਂ ਅੱਜ ਦੋਨੋਂ ਜਿਹੜੇ ਪਾਰਟੀਆਂ ਦੇ ਜੋ ਕਿ ਹਿਮਾਇਤ ਕਰ ਰਹੇ ਹਨ, ਭਾਵੇਂ ਉਹ ਬੀਜੇਪੀ ਦੀ ਤਰਫੋਂ ਹੋਣ, ਉਹਨਾਂ ਨੂੰ ਵੀ ਲੈ ਕੇ ਆਏ ਜਿਹੜੇ ਆਪਣੇ ਆਪ ਨੂੰ ਉੱਥੇ ਅਨਸੇਫ ਫੀਲ ਕਰਦੇ ਹਨ, ਉਹਨਾਂ ਨੂੰ ਵੀ ਲੈ ਕੇ ਆਏ, ਉਹਨਾਂ ਨੇ ਆਪਣੀ ਗੱਲ ਦੱਸੀ। ਔਰ ਮੈਂ ਦਰਸ਼ਕਾਂ ਨੂੰ ਔਰ ਤੁਹਾਨੂੰ ਇੱਕ ਜਾਣਕਾਰੀ ਹੈ ਜ਼ਰੂਰ ਦੇਣਾ ਚਾਹੁੰਦਾ, ਇਹ ਮੰਚ ਇਸੇ ਕਰਕੇ ਬਣਾਇਆ ਗਿਆ ਜਿੱਥੇ ਅਸੀਂ ਜਿਹੜੀ ਆਵਾਜ਼ ਹੈ ਉਹ ਵੀ ਨਿਰਪੱਖ ਤਰੀਕੇ ਨਾਲ ਉਹਨੂੰ ਰੱਖ ਸਕੀਏ। ਇਸ ਆਵਾਜ਼ ਨੂੰ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਆਖਿਰਕਾਰ ਜਿਹੜੀ ਗੂੰਜ ਭਾਰਤ ਤੋਂ ਆਉਂਦੀ ਹੈ ਉਹ ਇਸ ਮੰਚ ਦੇ ਰਾਹੀਂ ਤੁਹਾਡੇ ਕੋਲ ਪਹੁੰਚੇ। ਅਸੀਂ ਕਦੇ ਵੀ ਭੜਕਾਉਣ ਦੀ ਜਾਂ ਫਿਰ ਤੁਹਾਨੂੰ ਕਿਸੇ ਵੀ ਧੋਖੇ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਦੀ ਨਹੀਂ ਕਰਦੇ। ਮੇਰੇ ਨਾਲ ਹੋਰ ਵੀ ਬੜੇ ਸਾਰੇ ਕਾਲਰਸ ਨੇ, ਉਹਨਾਂ ਦੇ ਵੀ ਵਿਚਾਰ ਆਪਾਂ ਲੈ ਲੈਂਦੇ ਹਾਂ, ਲੇਕਿਨ ਇੱਥੇ ਮੈਨੂੰ ਸਮਾਂ ਜਿਹੜਾ ਇੱਕ ਨਿੱਕੇ ਜਿਹੇ ਬ੍ਰੇਕ ਲਈ ਰੋਕ ਰਿਹਾ, ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਲਵਾਂਗੇ ਤੁਹਾਡੇ ਫੋਨ ਕਾਲਸ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਕਾਫੀ ਸਾਰੇ ਕਾਲਰ ਸਾਡੇ ਨਾਲ ਜੁੜੇ ਹੋਏ ਹਨ, ਉਹ ਵੀ ਆਪਣੇ ਪ੍ਰਤੀਕਰਮ ਅਤੇ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਮੈਂ ਸੇਂਟ ਲੂਈਜ਼ ਤੋਂ ਬੋਲਦਾ ਜੀ। ਕੀ ਕਹਿਣਾ ਚਾਹੋਗੇ? ਹਾਂ, ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮਤਲਬ
ਜੋ ਪਿਛਲੇ ਕਾਲਰ ਨੇ ਹੁਣ ਕਿਹਾ ਸੀ ਤੁਹਾਨੂੰ ਉਹ ਬਿਲਕੁਲ ਸਹੀ ਆ ਉਹ ਗੱਲ ਜੀ। ਤੇ ਦੂਸਰੀ ਗੱਲ ਤੁਸੀਂ ਇਸ ਗੱਲ ਤੋਂ ਸਹਿਮਤੀ ਰੱਖਦੇ ਹੋ, ਤੁਸੀਂ ਜੈ ਸ਼੍ਰੀ ਰਾਮ ਕਹਿ ਸਕਦੇ ਹੋ, ਕਹਿਣਾ ਚਾਹੁੰਦੇ ਹੋ, ਤੁਸੀਂ ਜੇ ਇੰਡੀਆ ਦੇ ਵਿੱਚ ਰਹਿਣਾ ਚਾਹੁੰਦੇ ਹੋ ਜਾਂ ਫਿਰ ਇੰਡੀਆ ਦੇ ਵਿੱਚ ਜਾਂਦੇ ਹੋ, ਯੂ ਕੈਨ ਸੇ ਜੈ ਸ਼੍ਰੀ ਰਾਮ, ਤੁਸੀਂ ਇਸ ਗੱਲ ਨਾਲ ਸਹਿਮਤੀ ਰੱਖਦੇ ਹੋ ਜਿਵੇਂ ਸਾਨੂੰ ਹਰਮਿੰਦਰ ਸਿੰਘ ਜੀ ਦੱਸ ਗਏ ਸੀਗੇ, ਇਸ ਗੱਲ ਨੂੰ ਤੁਸੀਂ ਸਹਿਮਤੀ ਰੱਖਦੇ ਹੋ। ਹੈਲੋ, ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ 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 ਯੈਸ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਆਈ ਵਾਂਟ ਟੂ ਸਪੀਕ ਇਨ ਇੰਗਲਿਸ਼, ਇਜ਼ ਦੈਟ ਓਕੇ? ਯੈਸ, ਪਲੀਜ਼ ਗੋ ਅਹੈਡ। Okay, I been watching this program for a long time. And I resent in certain ways you guys definitely bring a good subject, but you don't give a solution. That is not right. And if I bring some intellectuals so they can give us some solution on these kind issues. Kind of what kind? Please, can you suggest us? Any intellectual can suggest come us. And suggest give us some intellectual talks solution. We can bring on this table. Today is whatever you had today on that issue. We are talking about minorities. On the minorities. We are talking about minorities. Are they safe in India or on not? On the minority issue. What kind of other should, topics in intellectual way you a, want us to bring on this solution. Table? We can bring. There should be a solution. Tell me. Somebody should suggest that solution. This you is can the best us, way sir. To go. You can suggest us. My suggestion is you can suggest don't us have and any you value. Can tell us what kind of intellectual topics we can bring on this table. I said intellectual people, those who have they are the leaders and they are the intellectual people, those who are coming on this platform, whatever you call them, sir, they are the intellectual people. They belong to different organizations and they belong to one of the big party, BJP, and they are the leader of that organization. What kind of intellectual people you want us to bring on this issue or on this topic? I don't understand. We have another callers, so ohna naal bhi apan vichar kar lenne ha. ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਕਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਰਾਜਕੁਮਾਰ ਸਾਹਿਬ, ਸਤਿ ਸ਼੍ਰੀ ਅਕਾਲ। ਤੁਸੀਂ ਪਛਾਣ ਲੈਂਦੇ ਹੋ ਜੀ? ਬਿਲਕੁਲ, ਸਾਡੇ ਆਵਾਜ਼ ਤੇ ਸਾਡੇ ਦਿਲਾਂ ਦੇ ਵਿੱਚ ਵਸੀ ਹੋਈ ਹੈ, ਸਾਡੇ ਕਾਲਰਸ ਦੀ। ਤੁਸੀਂ ਵਾਲੀਆ ਸਾਹਿਬ, ਤੁਸੀਂ ਦਿਲਾਂ ਵਿੱਚ ਵਸੇ, ਮੇਰੇ ਦਿਲ ਵਿੱਚ ਤੁਸੀਂ ਵਸੇ। ਥੈਂਕ ਯੂ, ਮਿਹਰਬਾਨੀ ਤੁਹਾਡੀ। ਪੱਗ ਤੇ ਤੁਹਾਡਾ ਪਹਿਰਾਵਾ ਇੰਨਾ ਪਿਆਰਾ ਲੱਗਦਾ ਹੈ। ਮਿਹਰਬਾਨੀ ਤੁਹਾਡੀ, ਮਿਹਰਬਾਨੀ। ਬਹੁਤ ਹੀ, ਮੈਂ ਇੱਥੇ ਗੱਲ ਕਰਨ ਲੱਗਾ ਸੀ ਕਿ ਲੇਖ ਬੜਾ ਅੱਛਾ ਲਿਖ ਸਕਦਾ ਜੀ, ਮੈਨੂੰ ਲਿਖਣ ਦਾ ਵੀ ਸ਼ੌਕ ਆਇਆ। ਤੇ ਤੁਸੀਂ ਨਾ ਜੀ ਇਹ ਪਾੜਾ ਨਾ ਪੈਦਾ ਨਾ ਇਹ ਪੈਦਾ ਹੀ ਨਾ ਕਰੋ। ਐਸੀ ਗੱਲ ਜਿਹੜੀ ਮੋਦੀ ਦੇ ਦਿਲ ਵਿੱਚ ਮੇਰੇ ਦਿਲ ਵਿੱਚ ਨਹੀਂ ਹੈ। ਮੈਂ ਵੀ ਅਰੋੜਾ ਖਾਨਦਾਨ ਨੂੰ ਬਿਲੋਂਗ ਕਰਦਾ। ਅਰੋੜਿਆਂ ਦੇ ਵਿੱਚ ਵੀ ਵੱਖਰੀਆਂ ਗੱਲਾਂ ਨੇ। ਮੇਰਾ ਹੁਣ ਸਾਰਾ ਪਰਿਵਾਰ ਚਾਚੇ ਨਾਲੋਂ ਮੇਰੇ ਆਪਾਂ ਸਿਰਫ ਭਾਰਤ ਦੇ ਵਿੱਚ ਜਿਹੜੇ ਇਸ ਟਾਈਮ ਹਾਲਾਤਾਂ ਦੀ ਗੱਲ ਹੈ, ਮੋਬ ਲਿੰਚਿੰਗ ਦੀ ਗੱਲ ਸੀਗੀ, ਉਸ ਤੋਂ ਬਾਅਦ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਉਹਦੇ ਤੱਥਾਂ ਦੀ ਗੱਲ ਕੀਤੀ, ਉਹਦੇ 'ਚ ਕਿੰਨੀ ਸੱਚਾਈ ਹੈ, ਉਹਦੇ 'ਚ ਕਿੰਨਾ ਝੂਠ ਹੈ, ਉਹਨਾਂ ਤੱਥਾਂ ਨੂੰ ਰੱਖਿਆ। ਅਤੇ ਅਸੀਂ ਸਿਰਫ ਇਹ ਚਾਹੁੰਦੇ ਸੀਗੇ ਕਿ ਜਿਹੜੀ ਗੱਲ ਉੱਥੇ ਚੱਲ ਰਹੀ ਹੈ ਕਿ ਵਾਕਈ ਉਹਨਾਂ ਗੱਲਾਂ ਦੇ ਵਿੱਚ ਦਮ ਹੈ ਜਾਂ ਨਹੀਂ, ਉਹ ਸਾਰੀ ਔਥੈਂਟਿਸਿਟੀ ਜਿਹੜੀ ਅਸੀਂ ਸਟੇਬਲ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜੀ 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 ਬਿਲਕੁਲ ਰਾਜਕੁਮਾਰ ਸਾਹਿਬ, ਮੈਂ ਚਾਹਾਂਗਾ ਕਿ ਤੁਸੀਂ ਉਹਨੂੰ ਸਾਨੂੰ ਮੇਲ ਵੀ ਕਰਿਓ, ਅਸੀਂ ਜ਼ਰੂਰ ਉਹਨੂੰ ਵੀ ਪੜ੍ਹਨਾ ਚਾਹਾਂਗੇ ਔਰ ਅਸੀਂ ਬਿਲਕੁਲ ਕੋਸ਼ਿਸ਼ ਕਰਾਂਗੇ ਕਿ ਉਹਨੂੰ ਇਸ ਮੰਚ ਦੇ ਉੱਤੇ ਵੀ ਅਸੀਂ ਲੈ ਕੇ ਆਈਏ। ਅਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਾਡੀ ਜ਼ਿੰਮੇਵਾਰੀ ਉਹਨਾਂ ਸਾਰੇ ਤੱਥਾਂ ਦੇ ਉੱਤੇ ਔਥੈਂਟਿਸਿਟੀ ਚੈੱਕ ਕਰਨ ਦੀ ਹੈ ਕਿ ਵਾਕਈ ਇਹਨਾਂ ਖਬਰਾਂ ਦੇ ਉੱਤੇ ਦਮ ਹੈ ਕਿ ਨਹੀਂ। ਜਿਹੜੇ ਅਫਵਾਹਾਂ ਦਾ ਬਾਜ਼ਾਰ ਸੋਸ਼ਲ ਮੀਡੀਆ ਦੇ ਉੱਤੇ ਗਰਮ ਹੁੰਦਾ, ਉਹਨਾਂ ਦੇ ਉੱਤੇ ਚਾਨਣਾ ਪਾਉਣਾ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਅਤੇ ਜਿੱਥੇ ਇੱਕ ਪਾਸੇ ਅਸੀਂ ਹਿਊਮਨ ਰਾਈਟਸ ਦੇ ਜਿਹੜੇ ਐਕਟੀਵਿਸਟ ਨੇ ਦਿੱਲੀ ਦੇ ਵਿੱਚ ਰਹਿੰਦੇ ਹਨ, ਉਹਨਾਂ ਨੇ ਆਪਣੀ ਬਿਆਨ ਦਿੱਤੇ, ਉਹਨਾਂ ਨੇ ਆਪਣੀ ਆਈਡੀਓਲੋਜੀ ਦੇ ਹਿਸਾਬ ਨਾਲ ਜੋ ਉਹਨਾਂ ਦੇ ਜ਼ਿਹਨ ਦੇ ਵਿੱਚ ਸੀਗਾ ਉਹਨਾਂ ਨੇ ਉਹ ਗੱਲ ਕੀਤੀ। ਉਸ ਤੋਂ ਬਾਅਦ ਅਸੀਂ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਬੀਜੇਪੀ ਦੇ ਲੀਡਰ ਨੂੰ ਜਿਹੜੇ ਨੇ ਉਹਨਾਂ ਨੂੰ ਵੀ ਸਾਹਮਣੇ ਲੈ ਕੇ ਕਿ ਆਖਿਰਕਾਰ ਇਹ ਹੋ ਵੀ ਰਿਹਾ ਜਾਂ ਫਿਰ ਅਗਰ ਨਹੀਂ ਵੀ ਹੋ ਰਿਹਾ ਤਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਇਹ ਸਭ ਕੁਝ ਉੱਥੇ ਜੋ ਗੱਲਾਂ ਫੈਲਾਈਆਂ ਜਾ ਰਹੀਆਂ ਹਨ ਉਹ ਗਲਤ ਹਨ। ਸਾਡੀ ਜ਼ਿੰਮੇਵਾਰੀ ਇਹ ਹੁੰਦੀ ਹੈ, ਨਾ ਕਿ ਸਾਨੂੰ ਸਾਡੀ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਕਿਸੇ ਨੂੰ ਭੜਕਾਈਏ, ਸਾਡੀ ਕੋਸ਼ਿਸ਼ ਹੋਈ ਹੈ ਕਿ ਆਪਸ ਦੇ ਵਿੱਚ ਇੱਕ ਜਿਹੜਾ ਮਤਭੇਦ ਪੈਦਾ ਹੋਇਆ ਹੋਇਆ ਉਹਨੂੰ ਸੁਲਝਾਈਏ ਔਰ ਇਹਨੂੰ ਅਸੀਂ ਸੁਲਝਾਉਣ ਦੀ ਕੋਸ਼ਿਸ਼ ਵੀ ਕਰਾਂਗੇ। ਜੇਕਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਏ ਤਾਂ ਮੈਂ ਉਹ ਤੋਂ ਮਾਫੀ ਵੀ ਮੰਗਦਾ, ਆਈ ਰੀਅਲੀ ਅਪੋਲੋਜਾਈਜ਼, ਲੇਕਿਨ ਸਾਡੀ ਕਦੇ ਵੀ ਕੋਸ਼ਿਸ਼ ਨਹੀਂ ਹੁੰਦੀ ਕਿ ਆਪਸ ਦੇ ਵਿੱਚ ਅਸੀਂ ਭੜਕਾਈਏ ਜਾਂ ਫਿਰ ਆਪਾਂ ਕਿਸੇ ਨੂੰ ਯੂਨਾਈਟ ਨਾ ਕਰਕੇ ਉਹਨੂੰ ਤੋੜੀਏ।
ਲੇਕਿਨ ਜੇਕਰ ਤੁਸੀਂ ਮੈਨੂੰ ਮੇਲ ਵੀ ਕਰਨਾ ਚਾਹੁੰਦੇ ਹੋ ਡੈਫੀਨੇਟਲੀ ਤੁਸੀਂ ਮੈਨੂੰ ਮੇਲ ਵੀ ਕਰ ਸਕਦੇ ਹੋ ਐਂਡ ਯੂ ਕੈਨ ਸੁਜੈਸਟ ਮੀ ਆਪਾਂ ਹੋਰ ਕੀ ਲਿਆ ਸਕਦੇ ਹਾਂ ਅੱਗੇ info@justbroadcasting.com harkirat@justbroadcasting.com ਫਿਲਹਾਲ ਅੱਜ ਇਸ ਮੰਚ ਦੇ ਉੱਤੇ ਇੰਨਾ ਹੀ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ